जस्ट भी देख रहे हो तुसीं, मैं केपी सिंह टू द पॉइंट वी तुहाडा स्वागत करता है। डिबेट जिस मुद्दे ते होनी चाहिए उस मुद्दे ते डिबेट किन्नी हो रही है, ये सवाल सारे पूछ रहे हैं। पर GDP दा अजिहा मुद्दा हैगा जिस ते डिबेट होनी चाहिए, पर डिबेट है जिहड़ी वो किस ढंग नाल होनी चाहिए, ये सवाल अपने आप विच वखरा हैगा। एक दूजे ते इल्जाम तराशियां करके कोई हल नहीं होना का। GDP दा पहला क्वार्टर जिहड़ा साडे सामने आ चुक्या है, जो पहला क्वार्टर हुंदा तां -23.9% उहदे विच गिरावट दर्ज की जाती है। ਜਦੋਂ ਇਹ ਸਾਡੇ ਕੋਲ ਡਾਟਾ ਆਉਂਦਾ ਤੇ ਫਿਰ ਚਿੰਤਾ ਵੱਧ ਜਾਂਦੀ ਹੈ ਕਿ ਇਸ ਨੂੰ ਰਿਕਵਰ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ, ਜੋ ਪਹਿਲੇ ਕੁਆਟਰ ਵਿੱਚ ਇਹੋ ਜਿਹਾ ਹਾਲ ਹੋਵੇ। ਤੇ ਵਜ੍ਹਾ ਦੱਸੀ ਗਈ ਹੈ ਕਰੋਨਾ, ਪਰ ਚੀਨ ਤੇ ਵੀਅਤਨਾਮ ਵਰਗੇ ਮੁਲਕ ਆ ਜਿਹੜੇ ਉਹ ਪਲੱਸ ਵਿੱਚ ਕਿਵੇਂ ਜਾਂਦੇ ਆ, ਇਹ ਸਵਾਲ ਆਪਣੇ ਵਿੱਚ ਵੱਡਾ। ਅਮਰੀਕਾ ਤਕਰੀਬਨ -9 ਤੇ ਕਿਵੇਂ ਟਿਕ ਜਾਂਦਾ ਹੈਗਾ, ਬਹੁਤ ਸਾਰੇ ਸਵਾਲ ਤੁਹਾਡੇ ਜ਼ਿਹਨ ਵਿੱਚ ਹੋਣਗੇ। ਪਰ ਸਾਡਾ ਉਹਨਾਂ ਨਾਲ ਮੁਕਾਬਲਾ ਕਿੰਨਾ ਹੈਗਾ, ਸਵਾਲ ਇਹ ਵੱਖਰਾ ਹੈਗਾ। ਪਰ ਸਾਡਾ ਆਪਸ ਵਿੱਚ ਮੁਕਾਬਲਾ ਕੀ ਹੋਣਾ ਚਾਹੀਦਾ ਹੈ, ਜੋ ਇਸ ਤੋਂ ਪਹਿਲਾਂ GDP ਦੇ ਪਹਿਲਾ, ਦੂਜਾ, ਤੀਜਾ, ਚੌਥਾ ਕੁਆਟਰ, ਪਹਿਲੀ ਤਿਮਾਹੀ ਕਹਿੰਦੀ ਹੁੰਦੀ ਸੀ ਕਿ ਹੁਣ ਕਹਿ ਪਾ ਰਹੀ ਹੈ, ਇਕੱਲਾ ਕਰੋਨਾ ਕਰਕੇ ਸਭ ਕੁਝ ਹੋਇਆ ਜਾਂ ਉਸ ਤੋਂ ਪਹਿਲਾਂ ਨੋਟਬੰਦੀ ਅਤੇ GST ਵਰਗੇ ਜਿਹੜੇ ਫੈਸਲੇ ਹੈਗੇ ਉਹਨਾਂ ਦਾ ਅਸਰ ਜਿਹੜਾ ਅੱਜ ਦਿਖਦਾ ਪਿਆ। ਅਸੀਂ ਸਵਾਲ ਇੱਕੋ ਪੁੱਛਾਂਗੇ, ਮੁੱਦੇ ਮੂੰਹ ਡਿੱਗੀ GDP ਕੀ ਮੂੰਹ ਦਿਖਾਏਗੀ ਮੋਦੀ ਸਰਕਾਰ? ਵੱਡਾ ਸਵਾਲ ਇਸ ਚਰਚਾ ਵਿੱਚ ਜਿਹੜਾ ਪੁੱਛਿਆ ਜਾਵੇਗਾ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਦੇਸ਼ ਵਿੱਚ ਪਹਿਲੇ ਕੁਆਟਰ ਦੀ ਨੈਗੇਟਿਵ ਵਿਕਾਸ ਦਰ ਦਾ ਅਸਰ ਕੀ ਅਤੇ ਕਦੋਂ ਤੱਕ ਰਹੇਗਾ? ਇਹ ਸਵਾਲ ਬੜਾ ਮਹੱਤਵਪੂਰਨ ਹੈ, ਇਹੋ ਜਿਹਾ ਸਵਾਲ ਆਉਣਾ ਵੀ ਚਾਹੀਦਾ, ਪਰ ਇਸ ਸਵਾਲ ਦਾ ਜਵਾਬ ਕੀ ਆਏਗਾ ਅਸੀਂ ਉਸ ਦਾ ਇੰਤਜ਼ਾਰ ਕਰ ਰਹੇ ਹਾਂ। ਅਤੇ ਪਹਿਲਾਂ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ, SS ਚੰਨੀ BJP ਦੇ ਬੁਲਾਰੇ ਨੇ, ਡਾਕਟਰ ਰਾਜੀਵ ਖੋਸਲਾ ਅਰਥ ਸ਼ਾਸਤਰੀ ਨੇ ਅਤੇ HS ਕਿੰਗਰਾ ਕਾਂਗਰਸ ਦੇ ਬੁਲਾਰੇ ਆ। ਸਿੱਧਾ ਟੂ ਦਾ ਪੁਆਇੰਟ ਅਸੀਂ ਚਰਚਾ ਸ਼ੁਰੂ ਕਰਦੇ ਹਾਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਵਾਲ ਖੋਸਲਾ ਜੀ ਤੁਹਾਨੂੰ ਕਰਨਾ ਚਾਹੁੰਦਾ, ਵੈਸੇ ਤਾਂ ਸਿਆਸਤਦਾਨ ਆਪਦੀ ਲਕੀਰ ਖਿੱਚ ਕੇ ਬਹਿ ਜਾਣਗੇ ਪਹਿਲਾਂ ਹੀ। ਖੋਸਲਾ ਜੀ, ਸਵਾਲ ਇਹ ਹੈ ਕਿ ਇਹ GDP ਦਾ ਪਹਿਲੀ ਤਿਮਾਹੀ ਹੈ, ਉਸ ਨੂੰ ਸੌਖੇ ਤਰੀਕੇ ਨਾਲ ਸਮਝਾ ਦਿਓ ਕਿ ਅਸੀਂ 10 ਪੈਸੇ ਵਿੱਚੋਂ ਕਿੰਨੇ ਪੈਸੇ ਗਵਾ ਲਏ ਹੈ ਅਤੇ ਜਿਹੜੇ ਸਾਡੇ ਕੋਲ ਵਾਪਸ ਨਹੀਂ ਆਉਣਗੇ। ਜੇ 100 ਰੁਪਏ ਵਾਲੀ ਐਗਜ਼ਾਮਪਲ ਦੇਣੀ ਤਾਂ ਉਹ ਦੇ ਦਿਓ, ਪਰ ਖੋਸਲਾ ਜੀ ਸੌਖੇ ਸ਼ਬਦਾਂ ਵਿੱਚ ਸਮਝਾ ਦਿਓ ਕਿ ਇਸ ਵਿੱਤੀ ਵਰ੍ਹੇ ਦੇ ਵਿੱਚ ਅਸੀਂ ਇਹ ਘਾਟਾ ਵਾਪਸ ਹਾਸਲ ਕਰ ਪਾਵਾਂਗੇ ਜਾਂ ਨਹੀਂ? ਅਜੀਬ ਖੋਸਲਾ ਜੀ। ਜੀ ਸਰ, ਜਿਹੜਾ ਤੁਸੀਂ ਸਵਾਲ ਪੁੱਛਿਆ ਵੀ ਇਸ ਵੇਲੇ ਇਹਨੂੰ ਜੇ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਇਹਨੂੰ ਅਸੀਂ ਡਿਫਾਈਨ ਕਰਨਾ ਹੋਵੇ ਤਾਂ ਇਹਦਾ ਮਤਲਬ ਇਹ ਬਣਦਾ ਹੈ ਵੀ ਪਿਛਲੇ ਜੇ ਅਸੀਂ ਕੁਆਟਰ 1 ਜਿਹੜੀ ਤੁਸੀਂ ਹੁਣ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈਗਾ, ਪਹਿਲਾ ਕੁਆਟਰ ਜਿਹੜਾ 2020 ਦਾ, ਇਹਨੂੰ ਪਿਛਲੇ ਕੁਆਟਰ ਦੇ ਨਾਲ ਅਸੀਂ ਕੰਪੇਅਰ ਕਰੀਏ ਤਾਂ ਜੇ ਇਹ ਮੰਨ ਲਈਏ ਕਿ ਉਸ ਵੇਲੇ 100 ਰੁਪਈਏ ਦੀ ਪੈਦਾਵਾਰ ਹੋ ਰਹੀ ਸੀਗੀ ਤਾਂ ਐਤਕੀ ਉਹ ਪੈਦਾਵਾਰ 24 ਰੁਪਈਏ ਨਾਲ ਘੱਟ ਜਾਣੀ ਹੈ, 76 ਰੁਪਈਏ ਦੀ ਪੈਦਾਵਾਰ ਹੋ ਰਹੀ ਹੈ। ਇਹਨੂੰ ਅਸੀਂ ਮਾਈਨਸ ਦੇ ਵਿੱਚ ਲੈ ਕੇ ਚੱਲਦੇ ਹਾਂ। ਦੂਜਾ ਜਿਹੜਾ ਤੁਸੀਂ ਚੀਜ਼ ਪੁੱਛੀ ਹੈ ਇਹਦੇ ਵਿੱਚ ਕਿ ਇਹਨੂੰ ਉੱਪਰ ਕਿੱਦਾਂ ਲੈ ਕੇ ਆਇਆ ਜਾ ਸਕਦਾ, ਪਹਿਲਾਂ ਤਾਂ ਉਹ 24 ਰੁਪਈਏ ਦੀ ਸਾਨੂੰ ਐਡੀਸ਼ਨਲ ਪ੍ਰੋਡਕਸ਼ਨ ਕਰਨੀ ਪੈਣੀ ਹੈ, ਗਾਂ ਜਾ ਕੇ ਸਾਨੂੰ ਅਗਲੇ ਕੁਆਟਰਸ ਦੇ ਵਿੱਚ, ਕੁਆਟਰ 2nd, ਕੁਆਟਰ 3rd, ਕੁਆਟਰ 4th ਦੇ ਵਿੱਚ, 1 ਸਾਲ ਦੇ ਜਿਹੜੇ 4 ਕੁਆਟਰ ਨੇ, ਬਾਕੀ ਰਹਿੰਦੇ 3 ਕੁਆਟਰਾਂ ਦੇ ਵਿੱਚ ਸਾਨੂੰ ਆਪਣੀ ਪ੍ਰੋਡਕਸ਼ਨ ਨੂੰ, ਆਪਣੀ ਪੈਦਾਵਾਰ ਨੂੰ ਉੱਪਰ ਲੈ ਕੇ ਜਾਣਾ ਪਏਗਾ ਤਾਂ ਕਿ ਇਹ ਜਿਹੜਾ ਘਾਟਾ ਪਿਆ ਲੋਕਡਾਊਨ ਦੇ ਕਰਕੇ, ਬੇਸਿਕਲੀ ਇਹ ਘਾਟਾ ਪਿਆ, ਇਸ ਘਾਟੇ ਨੂੰ ਅਸੀਂ ਪੂਰਾ ਕਰਨ ਦੇ ਲਈ ਪਹਿਲਾਂ ਤਾਂ 0 ਤੱਕ ਆਵਾਂਗੇ, 0 ਤੋਂ ਬਾਅਦ 24 ਤੋਂ ਪਹਿਲਾਂ 0 ਤੱਕ ਆਵਾਂਗੇ, 0 ਤੋਂ ਫਿਰ ਪੋਜ਼ਿਟਿਵ ਦੇ ਵਿੱਚ ਆਵਾਂਗੇ। ਖੋਸਲਾ ਜੀ ਐਡੀਸ਼ਨਲ ਪ੍ਰੋਡਕਸ਼ਨ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਮੇਰਾ ਸਵਾਲ ਇਹ ਹੈ ਸਰ, ਉਸ ਨੂੰ ਬਾਜ਼ਾਰ ਵਿੱਚ ਲਿਆਉਣ ਦੇ ਲਈ ਸਾਡੀ ਜੇਬ ਦੇ ਵਿੱਚ ਪੈਸੇ ਹੈ? ਪਹਿਲਾ ਸਵਾਲ ਇਹ ਹੈ ਸਰ, ਉਸ ਪ੍ਰੋਡਕਸ਼ਨ ਦੀ ਸਪਲਾਈ ਹੈ ਜਿਹੜੀ ਉਹ ਕਿੰਨੀ ਹੈਗੀ, ਡਿਮਾਂਡ ਅਤੇ ਸਪਲਾਈ ਸਰ ਤਾਂ ਹੀ ਪ੍ਰੋਡਕਸ਼ਨ ਹੋਵੇਗੀ, ਪ੍ਰੋਡਕਸ਼ਨ ਪਹਿਲਾਂ ਵੀ ਬਹੁਤ ਹੋ ਚੁੱਕੀ ਹੈ। ਸਵਾਲ ਇਹ ਹੈ ਕਿ ਪ੍ਰੋਡਕਸ਼ਨ ਆ ਜਿਹੜੀ ਉਹ ਮਜ਼ਦੂਰਾਂ ਨੂੰ ਕਿੰਨੇ ਪੈਸੇ ਦੇ ਕੇ ਅਤੇ ਮਜ਼ਦੂਰਾਂ ਦੀਆਂ ਕਿੰਨੀਆਂ ਨੌਕਰੀਆਂ ਖਾ ਕੇ ਕੀਤੀ ਗਈ ਹੈ, ਇਹ ਸਵਾਲ ਵੱਖਰਾ ਹੈਗਾ ਖੋਸਲਾ ਜੀ। ਮੇਰਾ ਸਵਾਲ ਹੈ ਬਾਜ਼ਾਰ ਵਿੱਚ ਥਾਂ ਹੈਗੀ ਹੈ ਸਰ ਪ੍ਰੋਡਕਸ਼ਨ ਹੋਰ ਕਰਨ ਦੇ ਲਈ? ਪ੍ਰੋਡਕਸ਼ਨ ਦੀ ਬਿਲਕੁਲ ਥਾਂ ਹੈਗੀ ਹੈ ਜੀ, ਜੇ ਅਸੀਂ ਕਰਨਾ ਚਾਹੁੰਦੇ ਹਾਂ, ਮਨਸ਼ਾ ਸਾਡੀ ਕੀ ਹੈ, ਕਿਆ ਸਾਡੀ ਮਨਸ਼ਾ ਹੈ ਕਿ ਨਹੀਂ ਹੈ, ਜੇ ਅਸੀਂ ਗਲਤ ਪਾਸਿਓਂ ਦੀ, ਜਿਹੜਾ ਇਲਾਜ ਹੀ ਅਸੀਂ ਜੇ ਗਲਤ ਪਾਸਿਓਂ ਕਰਾਂਗੇ ਫਿਰ ਨਹੀਂ ਹੋ ਸਕਦੀ। ਅਸੀਂ ਆਪਾਂ ਪਹਿਲਾਂ ਵੀ ਇਸ ਚੀਜ਼ ਦੇ ਉੱਤੇ KPG ਡਿਸਕਸ਼ਨ ਕੀਤੀ ਹੈ, ਫਿਰ ਉਹੀ ਪੁਆਇੰਟ ਆਉਂਦਾ, ਉਦੋਂ ਅਸੀਂ ਇਹ ਕਿਹਾ ਸੀਗਾ ਵੀ ਫਿਊਚਰ ਦੇ ਵਿੱਚ ਇਹ ਪ੍ਰੋਬਲਮ ਆ ਸਕਦੀ ਹੈ, ਉਹੀ ਉਹ ਅੱਜ ਜਿਹੜੀ ਆਪਾਂ 6 ਮਹੀਨੇ ਪਹਿਲਾਂ ਡਿਸਕਸ਼ਨ ਦੇ ਵਿੱਚ ਗੱਲ ਕੀਤੀ ਸੀ ਉਹ ਅੱਜ ਸਾਡੇ ਸਾਹਮਣੇ ਹੈ, ਸਾਨੂੰ ਇਹ ਚੀਜ਼ ਨਜ਼ਰ ਆ ਰਹੀ ਹੈ।
कि जिहड़े इलाज किए हैं सरकार ने वह ठीक पक्षों नहीं किए, सप्लाई साइड तो करते सरकार ने, जबकि हुण डिमांड साइड तो चाहिए सी। जिहड़ी तुसी गल कीती है बिल्कुल ठीक है, डिमांड और सप्लाई दोनों का बैलेंस बनाना चाहिए सीगा, लेकिन किते ना किते साडे तो चूक हुई है उस दे विच। ठीक है, मैं वापस आऊँगा खोसला जी। चन्नी जी, ये एक्ट ऑफ गॉड है, यानी कि मनिए कि हुण रब ही रखा है बस? नहीं, जिहड़ा एक्ट ऑफ गॉड हुंदा है उहदे विच एग्जैक्टली ये हुंदा है वी जिहड़ा बंदे दे वस नहीं हुंदा उहनूं एक्ट ऑफ गॉड कहिंदे आ। नैचुरल कलैमिटी की गल हुंदी है, उह आपां इह नहीं कह सकते वी साडे हथ खड़े है और रब राखा, रब तां हमेशा राखा रहा रहेगा भी, पर उह जिहड़ा नैचुरल एक्ट हुंदा है कोई जिवें किसी जगह उह डेफिनेशन है उहदी जिहड़ी डिजास्टर दी हुंदी है, इह जिहड़ा एक मैं है तां मैन मेड, पर जिहड़ी महामारी हैगी है वर्ल्ड वाइड इह एक इट्स नॉट इट्स फार मोर दैन एक्ट ऑफ गॉड। एक्ट ऑफ गॉड तां किसी एक छोटी जी फर्म ते भी लग जांदा है, किसी किसी चीज ते भी लागू हो सकता है, पर इन्हें तो सारा जिहड़ा ग्लोब है ओही कवर कर लिया। सर, एक्ट ऑफ ह्यूमन एरर नहीं गा, एक्ट ऑफ ह्यूमन नहीं, मैं ओही कह रहा, मैंने ह्यूमन मेड कह रहा है। ये तो जिहड़ी जिहड़ी महामारी कोरोना दी आई है, ये तो महामारी सर, महामारी नहीं सर, महामारी नहीं सर, जिहड़ी महामारी होण आ रही है सर अर्थचारे की, मैं तो उनका सवाल कर रहा चन्नी साहब, अभी सारा कुछ करोना से पा के सर आपदिया जिहड़ियां साडियां आर्थिक नीतियां सर असी उन तो पासे क्यों हो रहे हैं? असी डीमोनेटाइजेशन की, जी एस टी लिया दी सर, जी एस टी तो हुण तुसीं नवां फार्मूला सूबे दे अगे रखता है चन्नी साहब। देखो गल ये हैगी है कि असी जिहड़ा ये सारा सिस्टम हैगा उहदे विच चीज़ां बाद च आणगियां, ये जिहड़ा लॉकडाउन जिहड़ा साडा हो गया जिहदे नाल हर चीज बंदे बिल्कुल घरे बैठ गए और आपां नूं पता है वी आपां हंडाया हैगा जी, वी हंडा रहे हैगे, और उहदे नाल की होगा कि जिहड़ी साडी डिमांड सीगी उह सप्लाई जिहड़ी सीगी उह वी बंद होगी, जिहड़ी डिमांड सी लोकां दी जिहड़ी प्रायोरिटी सीगी उह जाण वाले पासे होगी ज्यादा, बजाए कि जिहड़ियां चीज़ां दा असीं आनंद माणदे हां जां होर है, चाहे वह जिन्हें भी आपां सैक्टर गिन लईए उह सारे सैक्टर दे विच कंस्ट्रक्शन खड़ गई, आटोमोबाइल सैक्टर खड़ गया, माइनिंग खड़ गई, सिर्फ अलार्मिंग स्टेज से सर असी लॉकडाउन से सब कुछ क्यों सिट रहे हैं सर, लॉकडाउन किया किने सीगा बिना सूबे तो पूछा चन्नी साहब? लॉकडाउन देखो हुण जे असी जे माड़ा मोटा बचाव होया जां लोग संभले ने ਜਾਂ ਆਪਣੇ ਆਪਣੇ ਘਰੀ ਬੈਠੇ ਨੇ ਉਹ ਲੋਕਡਾਊਨ ਕਰਕੇ ਹੀ ਬੈਠੇ ਨੇ, ਕਿਉਂਕਿ ਐਡੀ ਵੱਡੀ ਮਹਾਮਾਰੀ ਸੀ ਉਹਦੀ ਤਿਆਰੀ ਵਾਸਤੇ ਪ੍ਰੋਪਰ ਸਿਸਟਮ ਇਨ ਪਲੇਸ ਰੱਖਣ ਵਾਸਤੇ ਉਹ ਸੀਗਾ, ਔਰ ਇਹ ਅਸੀਂ ਕੋਈ ਇਕੱਲਿਆਂ ਨੇ ਲੋਕਡਾਊਨ ਨਹੀਂ ਕੀਤਾ, ਸਾਰੇ ਦੁਨੀਆਂ ਨੇ ਕੀਤਾ ਹੈਗਾ। ਔਰ ਜਿਹੜੀ ਦੂਸਰੀ ਗੱਲ ਤੁਸੀਂ ਕਹਿ ਰਹੇ ਹੈਗੇ ਆ ਕਿ ਇਹਦੇ ਨਾਲ ਅਸੀਂ ਆਤਮ ਨਿਰਭਰ ਵੱਲੀ ਜਾ ਰਹੇ, ਔਰ ਉਹਦੇ ਨਾਲ ਉਹ ਸਾਰਿਆਂ ਲੋਕਾਂ ਨੂੰ ਪਹਿਲਾਂ ਸਹੂਲਤ ਮਿਲੀ, 20 ਲੱਖ ਕਰੋੜ ਰੁਪਏ ਦਾ ਪੈਕੇਜ ਭਾਰਤ ਸਰਕਾਰ ਨੇ ਦਿੱਤਾ, ਔਰ ਉਹਦੇ ਨਾਲ ਨਾਲ ਜਿਹੜਾ ਅਸੀਂ ਆਹ ਤੁਸੀਂ ਹੀਰੋ ਸਾਈਕਲ ਦੀ ਐਗਜ਼ਾਮਪਲ ਲੈ ਲਓ, ਉਹਨਾਂ ਨੇ 900 ਕਰੋੜ ਰੁਪਏ ਦਾ ਚਾਈਨਾ ਤੋਂ ਜਿਹੜਾ ਆਰਡਰ ਸੀਗਾ ਉਹ ਔਰ ਜਿਹੜੀ ਜਿਹੜੀ ਸਾਡੀ ਹੁਣ ਜਿਹੜੀ ਅਸੀਂ ਇੱਕ ਬਹੁਤ ਚੰਗੇ ਤਰੀਕੇ ਨਾਲ ਉੱਭਰ ਕੇ ਅਸੀਂ ਬਾਹਰ ਆਉਣਾ ਹੈ ਇਸ ਕ੍ਰਾਈਸਿਸ ਦੇ ਵਿੱਚੋਂ, ਤੁਸੀਂ ਦੇਖਿਓ ਤੁਹਾਡੇ ਸਾਹਮਣੇ ਹੋਏਗਾ ਕਿ ਜਦੋਂ ਅਸੀਂ ਆਤਮ ਨਿਰਭਰ ਹੋਵਾਂਗੇ। ਮੇਰੇ ਸਾਹਮਣੇ ਤਾਂ ਚੰਨੀ ਸਾਹਿਬ ਨੌਕਰੀਆਂ ਜਾ ਰਹੀਆਂ, ਸਾਡਾ ਯੂਥ ਹੈ ਬੇਰੁਜ਼ਗਾਰ ਹੋ ਰਿਹਾ, ਮੇਰੇ ਸਾਹਮਣੇ ਤਾਂ ਆ ਰਿਹਾ ਸਭ। ਇੱਕ ਸੈਕਿੰਡ, ਜਿਹੜੀ ਸਾਡੀ ਇਕਨੋਮੀ ਦੀ ਬਿਊਟੀ ਇਹ ਹੈਗੀ ਹੈ ਕਿ ਜਿਹੜੀ ਸਾਡੀ ਪਾਪੂਲੇਸ਼ਨ ਹੈਗੀ ਹੈ ਉਹ ਸਾਡਾ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਹੈ, ਜਿਹੜਾ ਸਾਡਾ ਯੂਥ ਹੈ ਉਹ ਸਾਡਾ ਬਹੁਤ ਵੱਡਾ ਪਲੱਸ ਪੁਆਇੰਟ ਹੈ, ਸਾਡੀ ਇਕਨੋਮੀ ਜਿਹੜੀ ਹੈਗੀ ਹੈ ਉਹ ਡਿਮਾਂਡ ਡ੍ਰਿਵਨ ਹੈ, ਬਾਕੀ ਜਿਹੜੀਆਂ ਡਿਵੈਲਪ ਕੰਟਰੀਜ਼ ਦੇ ਵਾਂਗੂ ਉੱਥੇ ਡਿਮਾਂਡ ਨਹੀਂ ਹੈਗੀ, ਉੱਥੇ ਰਿਪਲੇਸਮੈਂਟ ਹੈਗੀ। ਠੀਕ ਹੈ, ਜਿੱਥੇ ਡਿਮਾਂਡ ਹੋਏਗੀ ਉੱਥੇ ਸਾਡੇ ਕੋਲ ਸਿਸਟਮ ਸਾਰੇ ਹੈਗੇ ਨੇ। ਠੀਕ ਹੈ, ਮੈਂ ਵਾਪਸ ਆ ਰਿਹਾ ਸਰ, ਥੋੜਾ ਜਿਹਾ ਵਾਪਸ ਆ ਰਿਹਾ ਸਰ, ਮੇਰੇ ਅੱਗੇ ਵੀ ਡਿਮਾਂਡ ਰੱਖੀ ਜਾ ਰਹੀ ਹੈ, ਬ੍ਰੇਕ ਲੈ ਲਓ, ਬ੍ਰੇਕ ਤੋਂ ਵਾਪਸ ਆ ਕੇ ਕਾਂਗਰਸ ਤੋਂ ਸਵਾਲ ਜ਼ਰੂਰ ਕਰੂੰਗਾ ਡਿਮਾਂਡ ਤੇ ਸਪਲਾਈ 'ਚ ਕੀ ਫਰਕ ਹੈਗੀ ਆ, ਯੂਥ ਸਾਡੀ ਤਾਕਤ ਹੈਗੀ ਆ, ਪਰ ਯੂਥ ਨੂੰ ਨੌਕਰੀ ਨਹੀਂ ਮਿਲਦੀ ਪਈ। ਸਵਾਲ ਬਹੁਤ ਸਾਰੇ ਆ, GDP ਡਿੱਗਣ ਦਾ ਮਤਲਬ ਕੀ ਹੁੰਦਾ, ਕੀ ਮੂੰਹ ਦਿਖਾਏਗੀ ਮੋਦੀ ਸਰਕਾਰ? ਅਸੀਂ ਵਾਰ ਵਾਰ ਸਵਾਲ ਕਰ ਰਹੇ ਹਾਂ, ਜਦੋਂ ਇਹ ਕਿਹਾ ਜਾਵੇ ਕਿ ਅਰਥਚਾਰਾ ਸਾਡਾ ਮਜ਼ਬੂਤ ਹੈਗਾ, ਇਹ ਵਿਕਾਸ ਦਰ ਜਿਹੜੀ ਉਹ ਕੁਝ ਸਮੇਂ ਦੇ ਲਈ ਟੈਂਪਰੇਰੀ ਫੇਸ ਹੈਗਾ ਜੋ ਸਰਕਾਰ ਇਹ ਦਾਅਵਾ ਕਰਦੀ ਹੈਗੀ ਆ, ਉਦੋਂ ਵਾਪਸ ਆ ਕੇ ਸਵਾਲ ਕਰਨਾ ਬਣਦਾ ਹੈਗਾ ਇਹ ਟੈਂਪਰੇਰੀ ਫੇਸ ਹੈ, ਉਹ ਕਿੰਨੇ ਫੇਸ ਸਾਨੂੰ ਹੋਰ ਦੇਖਣੇ ਪੈਣਗੇ। ਵਾਪਸ ਆ ਰਹੇ ਸੀ, ਵੱਡਾ ਸਵਾਲ ਇੱਕੋ ਪੁੱਛ ਰਿਹਾ, ਦੇਸ਼ ਵਿੱਚ ਪਹਿਲੇ ਕੁਆਟਰ ਦੀ ਨੈਗੇਟਿਵ ਵਿਕਾਸ ਦਾ ਅਸਰ ਕੀ ਤੇ ਕਦੋਂ ਤੱਕ ਰਹੇਗਾ? ਕਿੰਗਰਾ ਸਾਹਿਬ, ਤੁਹਾਡੇ ਲੀਡਰ ਨੇ ਤਾਂ 6 ਨਾਕਾਮੀਆਂ ਗਿਣਾਤੀਆਂ ਸਰਕਾਰ ਦੀਆਂ, ਮੇਰਾ ਸਵਾਲ ਹੈ ਸਰ, ਇਹ ਕਹਿੰਦੇ ਐਕਟ ਆਫ ਗੋਡ, ਮੇਰਾ ਹੁਣ ਸਵਾਲ ਹੈ ਕਿ ਗੋਡ ਹੀ ਗੌਰਮੈਂਟ ਨੂੰ ਬਚਾ ਲਊਗੀ, ਗੋਡ ਹੀ ਦੇਸ਼ ਨੂੰ ਬਚਾ ਲਏਗਾ? ਨਹੀਂ KP, ਮੈਂ ਤੁਹਾਨੂੰ ਦੱਸਦਾ ਕਿ ਪਿਛਲੇ
साल तो हरेक इकोनमिस्ट चाहे बंसल साहब होण चाहे प्लैनिंग कमीशन के वाइस चेयरमैन होण चाहे आर बी आई के गवर्नर होण चाहे रघुराम राजन होण चाहे इकनोमिक एडवाइजर होण सरकार दे आप दे हरेक बंदे ने आख्या है कि साड़ी जिहड़ी इकोनमी है वह बहुत माड़े समय वल जा रही है। डॉक्टर मनमोहन सिंह हरा ने सुझाव भी दिते सी मौजूदा प्रधानमंत्री जी नूं कि जिहड़ी देश की आर्थिक स्थिति है बहुत खराब होने वाल जा रही है। करोना तो हुण आया है, पहला जिहड़ियां असीं करोना तो बिना जिहड़ियां इकनोमिक छाला मारियां वह भी कोई एडिया वड्डियां नहीं सीगियां। बंसल साहब मेरे नाल एग्री करनगे, पर एक गल है कंट्रैक्शन पहला भी आई है साड़ी इकोनमी दे विच तीन चार बारी, सब तो वध कंट्रैक्शन जिहड़ी रिकॉर्ड की गई सी 5.6% 1979-80 दे विच, उदों पहला 65-66 दे विच भी आई, उस तो पहला 52-53 दे विच भी आई कंट्रैक्शन, लेकिन जिहड़ी हुण कंट्रैक्शन आई है इकनोमिक टर्म दे विच इहनूं कंट्रैक्शन कहिंदे है, जिहड़ी इह जी डी पी 23.9% डिग्गिया है, जिन्ना लोकी कहिंदे सी जिन्ना इकोनमिस्ट कहिंदे सी जिन्ना अपोजिशन पार्टी दे इकोनमिस्ट कहिंदे सी जिद्दां मिस्टर बांसल वर्गे इकोनमिस्ट कहिंदे सी उस तो भी ज़्यादा गिरावट आई है सरकार के अंकड़िया मुताबिक। मिनिस्ट्री ऑफ प्रोग्राम इंप्लीमेंटेशन और स्टैटिस्टिक्स ने जी 23.9 दसिया है, ये उस तो ज़्यादा तादाद है, ये उस तो वड्डा नंबर है। हुण सवाल यह हुंदा है कि जे अगले तीन जिहड़े साडे भाग हैगे है साल के तिमाही भाग हैगे है जे उन्हां दे विच ग्रोथ जीरो भी हो जाए, सपोज करो कि असी जी डी पी डिगीए ना कंट्रैक्शन जीरो हो जाए बराबर चले सारा कुछ ਤਾਂ ਵੀ ਜੀ ਡੀ ਪੀ ਜਿਹੜਾ ਉਹ 6% ਜਿਹੜਾ ਕੰਟਰੈਕਟ ਕਰੇਗਾ 2021 ਦੇ ਸਾਲਾਨਾ ਜਿਹੜਾ ਫਾਈਨੈਂਸ਼ੀਅਲ ਈਅਰ ਦੇ ਵਿੱਚ ਉਹ ਵੀ ਜਿਹੜੀ 6% ਜੀ ਡੀ ਪੀ ਦੀ ਫਾਲ ਹੈ ਉਹ ਵੀ ਫਾਲ ਜਿਹੜੀ ਹੈ ਸਾਡੇ ਅੱਜ ਤੱਕ ਦੇ ਸਾਰੇ ਅੰਕੜਿਆਂ ਤੋਂ ਵੱਧ ਫਾਲ ਹੈ। ਇਹਦੇ ਕਾਰਨ ਕੀ ਹੈ? ਇਹਦੇ ਕਾਰਨ ਕਰੋਨਾ ਨਹੀਂ ਹੈ। ਜੇ ਤੁਸੀਂ ਆਈ ਐੱਮ ਐੱਫ ਦੇ ਡਾਟੇ ਦੇ ਉੱਤੇ ਦੇਖੋ ਜਾ ਕੇ ਤਾਂ ਆਈ ਐੱਮ ਐੱਫ ਦੇ ਡਾਟੇ ਦੇ ਮੁਤਾਬਕ ਡਿਵੈਲਪਡ ਜਿਹੜੀਆਂ ਇਕੋਨਮੀ ਹੈ ਉਹ 4% ਜਿਹੜੀਆਂ ਉਹ ਕੰਟਰੈਕਟ ਕਰਨੀਆਂ ਸੀ, ਜਿਹੜੀਆਂ ਉਸ ਤੋਂ ਸਲੋ ਇਕੋਨਮੀਜ਼ ਹੈ ਉਹ 3% ਕੰਟਰੈਕਟ ਕਰਨੀਆਂ ਸੀ, ਅਤੇ ਜਿਹੜੀਆਂ ਇਕੋਨਮੀਜ਼ ਸਾਡੇ ਵਰਗੀਆਂ ਡਿਵੈਲਪਿੰਗ ਇਕੋਨਮੀ ਹੈ ਉਹਨਾਂ ਨੇ 1% ਕੰਟਰੈਕਟ ਕਰਨਾ ਸੀ, ਕਿਉਂਕਿ ਕੰਟਰੈਕਸ਼ਨ ਜਿਹੜੀ ਹੈ ਤੁਹਾਡੇ ਲੈਵਲ ਆਫ ਡਿਵੈਲਪਮੈਂਟ ਦੇ ਉੱਤੇ ਨਿਰਭਰ ਕਰਦੀ ਹੈ। ਜੇ ਤੁਹਾਡਾ ਬਹੁਤ ਜ਼ਿਆਦਾ ਤੁਹਾਡੀ ਸਿਹਤ ਹੈ ਤੁਹਾਨੂੰ ਕਰੋਨਾ ਹੋ ਗਿਆ ਤਾਂ ਤੁਹਾਡੀ ਸਿਹਤ 50% ਥੱਲੇ ਜਾਊਗੀ, ਜੇ ਇੱਕ ਭੁੱਖ ਨੰਗ ਦੇ ਮਾਰੇ ਬੰਦੇ ਨੂੰ ਕਰੋਨਾ ਹੋ ਗਿਆ ਤਾਂ ਉਹਦੀ ਸਿਹਤ ਜਿਹੜੀ ਹੈ 3% ਥੱਲੇ ਜਾਊਗੀ। ਇਹ ਵੀ ਇਕਨੋਮਿਕਸ ਦੀ ਇੱਕ ਜਿਹੜੀ ਹੈ ਥਿਊਰੀ ਹੈ। ਸੋ ਇਸ ਕਰਕੇ ਸਾਡੀ ਇਕੋਨਮੀ ਅੱਛਾ ਫਿਰ ਕਹਿੰਦੇ ਆ ਕਿ ਸਾਡੇ ਤੇ ਰੱਬ ਦੀ ਮਾਰ ਪਈ ਹੈ, ਸਾਡੀ ਫਾਈਨਾਂਸ ਮਿਨਿਸਟਰ ਜਿਹੜੀ ਹੈ ਉਹ ਖੁਦ ਇੱਕ ਇਕਨੋਮਿਕ ਦੀ ਸਟੂਡੈਂਟ ਹੈ, ਉਹ ਜੇ ਐਨ ਯੂ ਦੀ ਪੜ੍ਹੀ ਹੋਈ ਹੈ, ਉਹ ਇਕਨੋਮਿਕ ਦੀ ਸਟੂਡੈਂਟ ਹੁੰਦੇ ਹੋਇਆਂ ਵੀ ਕਹਿ ਰਹੀ ਹੈ ਪਰਮਾਤਮਾ ਦੀ ਮਾਰ ਹੈ। ਉਹਨੇ ਕੰਪੇਅਰ ਨਹੀਂ ਕੀਤਾ ਕਿ ਆਈ ਐੱਮ ਐੱਫ ਨੇ ਸਾਨੂੰ ਸਾਊਥ ਈਸਟ ਏਸ਼ੀਅਨ ਕੰਟਰੀਜ਼ ਦੇ ਨਾਲ ਕੰਪੇਅਰ ਕੀਤਾ, ਹੋਰ ਡਿਵੈਲਪਿੰਗ ਇਕੋਨਮੀਜ਼ ਦੇ ਨਾਲ ਕੰਪੇਅਰ ਕੀਤਾ, ਉਹਨਾਂ ਡਿਵੈਲਪਿੰਗ ਇਕੋਨਮੀਜ਼ ਅਤੇ ਸਾਡੀ ਇਕੋਨਮੀ ਦੇ ਵਿੱਚ ਜਿਹੜਾ ਉਹ ਬੜੀ ਭਾਰੀ ਗਿਰਾਵਟ ਆਈ ਹੈ, ਇਹਦਾ ਜਵਾਬ ਜਿਹੜਾ ਉਸ ਮੰਤਰੀ ਨਹੀਂ ਦਿੱਤਾ। ਤੀਜੀ ਗੱਲ ਜਿਹੜੀ ਹੈ ਸਾਨੂੰ ਦੇਖਣੀ ਪਏਗੀ ਕਿ ਸਾਡਾ ਇੱਕ ਬਹੁਤ ਵੱਡਾ ਇਨਫਾਰਮਲ ਸੈਕਟਰ ਹੈ, ਸਾਡੀ ਜੀ ਡੀ ਪੀ ਦਾ 50% ਜਿਹੜਾ ਉਹ ਇਨਫਾਰਮਲ ਸੈਕਟਰ ਕੰਟਰੀਬਿਊਟ ਕਰਦਾ ਹੈ। ਇਨਫਾਰਮਲ ਸੈਕਟਰ ਦੇ ਵਿੱਚ ਕੀ ਆ ਜਾਂਦਾ? ਸੈਲਫ ਇੰਪਲਾਇਡ ਲੋਕ ਆ ਜਾਂਦੇ ਆ, ਜਿਹੜੇ ਅਨਔਰਗੇਨਾਈਜ਼ਡ ਇੰਪਲਾਇਮੈਂਟ ਆ ਉਹ ਆ ਜਾਂਦੀ ਹੈ, ਵਰਕਰ ਜਿਹੜੇ ਰੈਗੂਲਰ ਆ ਉਹ ਆ ਜਾਂਦੇ ਆ। ਉਹਨਾਂ ਨੂੰ ਸਭ ਤੋਂ ਵੱਡੀ ਮਾਰ ਪਈ ਹੈ। ਅਜ਼ੀਜ਼ ਪ੍ਰੇਮ ਜੀ ਯੂਨੀਵਰਸਿਟੀ ਨੇ ਇੱਕ ਸਟੱਡੀ ਕੀਤੀ ਹੈ ਹੁਣੇ ਪਿੱਛੇ ਜੇ, ਉਸ ਸਟੱਡੀ ਦੇ ਮੁਤਾਬਕ ਇਸ ਇਨਫਾਰਮਲ ਸੈਕਟਰ ਦੇ ਵਿੱਚ 64% ਗਿਰਾਵਟ ਆਈ ਹੈ। 64% ਜਿਹੜੀ ਗਿਰਾਵਟ ਹੈ ਇਹਨੇ ਕੰਟਰੀਬਿਊਟ ਕੀਤਾ। ਔਰ ਇਹ ਗਿਰਾਵਟ ਕਿਉਂ ਆਈ ਹੈ? ਕਿਉਂਕਿ ਅਸੀਂ ਤਾਲੀਆਂ ਵਜਾਉਣ ਲੱਗ ਗਏ, ਅਸੀਂ ਥਾਲੀਆਂ ਵਜਾਉਣ ਲੱਗ ਗਏ, ਅਸੀਂ ਸੰਖ ਵਜਾਉਣ ਲੱਗ ਗਏ, ਅਸੀਂ ਮੋਮਬੱਤੀਆਂ ਜਗਾਉਣ ਲੱਗ ਗਏ, 9:09 ਨੂੰ 9 ਮਿੰਟ 'ਤੇ 9 ਵਾਰੀ ਤਾੜੀ ਮਾਰਨੀ ਹੈ। ਅਸੀਂ ਸੋਚਿਆ ਕਰੋਨਾ ਭਾਜੂ, ਲੋਕ ਡਰਾ ਤੇ ਇੰਨੇ ਪੈਨਿਕ ਹੀ ਹੋ ਗਏ, ਘਰਾਂ ਨੂੰ ਭੱਜ ਲਏ, ਪੈਦਲ ਚੱਲ ਪਏ 2-2, 300-300 ਕਿਲੋਮੀਟਰ, ਰਾਹ 'ਚ ਮਰ ਗਏ, ਮਾਂ ਮਰ ਗਈ, ਬੱਚਾ ਦੁੱਧ ਚੁੰਗੀ ਜਾਂਦਾ ਮਰੀ ਮਾਂ ਦਾ। ਐਡਾ ਅਸੀਂ ਪ੍ਰਕੋਪ ਲਿਆ ਦਿੱਤਾ ਉਸ ਇਨਫਾਰਮਲ ਸੈਕਟਰ 'ਤੇ ਜਿਹੜਾ ਜਿਹੜਾ 50% ਕੰਟਰੀਬਿਊਟ ਕਰਦਾ ਜੀ ਡੀ ਪੀ, ਅਤੇ ਉਹਦੇ ਵਿੱਚ 64% ਉਹਦੀ ਗਿਰਾਵਟ ਆਈ ਹੈ। ਕਿੰਗਰਾ ਸਾਹਿਬ, ਇਹ ਬਹੁਤ ਵੈਲਿਡ ਪੁਆਇੰਟ ਹੈ, ਇਹ ਬਹੁਤ ਵੈਲਿਡ ਪੁਆਇੰਟ ਹੈ, ਜੀ ਡੀ ਪੀ ਡਿੱਗਣ ਦੇ ਜਿਹੜਾ ਮਜ਼ਦੂਰਾਂ ਦਾ ਹਾਲ ਹੋਇਆ ਇਹ ਬਹੁਤ ਵੈਲਿਡ ਪੁਆਇੰਟ ਹੈ। ਮੈਂ ਦੁਬਾਰਾ ਦੱਸੂਗਾ ਹੋਰ ਕੀ ਕਾਰਨ ਨੇ। ਠੀਕ ਹੈ ਕਿੰਗਰਾ ਸਾਹਿਬ, ਬਹੁਤ ਬਹੁਤ ਵੈਲਿਡ ਪੁਆਇੰਟ ਹੈ ਜਿਹੜਾ ਮਜ਼ਦੂਰਾਂ ਦਾ ਜੋ ਹਾਲ ਹੋਇਆ। ਠੀਕ ਹੈ ਕਿੰਗਰਾ, ਮੈਂ ਤੁਹਾਡਾ ਪੁਆਇੰਟ ਲੈ ਰਿਹਾ ਸਰ। ਚੰਨੀ ਸਾਹਿਬ, ਸਰ ਹੁਣ 5 ਟ੍ਰਿਲੀਅਨ ਦੇ ਲਈ ਵੀ ਸਾਨੂੰ ਤਾੜੀਆਂ ਥਾਲੀਆਂ ਦਾ ਸਾਰਾ ਲੈਣਾ ਪਊਗਾ? ਚੰਨੀ ਸਾਹਿਬ, ਅਸੀਂ ਤਾਂ ਸੁਪਨਾ ਬਹੁਤ ਵੱਡਾ ਦਿਖਾਤਾ ਸੀਗਾ 5 ਟ੍ਰਿਲੀਅਨ। ਦੇਖੋ, ਸੁਪਨੇ ਸਾਕਾਰ ਹੋਣਗੇ, ਸੁਪਨੇ ਕਿਤੇ ਭੱਜ ਨਹੀਂ ਚੱਲੇ। ਹਰਦੀਪ ਜੀ ਗੱਲ ਕਰ ਰਹੇ ਹੈਗੇ ਨੇ, ਬੜਾ ਕੁਛ ਇਹਨਾਂ ਨੇ ਕਿਹਾ, ਪਰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜੀ ਸਟੇਟ ਦੀ ਹੈਗੀ ਹੈ ਜੀ ਜੀ ਡੀ ਪੀ,
ਉਹਦਾ ਕੀ ਹਾਲ ਹੈ, ਉਹ ਔਰ ਇਹਨਾਂ ਦਾ ਆਪਦਾ ਕੀ ਹਾਲ ਹੈਗਾ, ਔਰ ਇੱਥੇ ਸਰਕਾਰ ਇਹ ਫਿਰ ਭਾਰਤ ਸਰਕਾਰ ਤੋਂ ਜਾ ਕੇ ਉੱਥੇ ਉਹਨਾਂ ਦੇ ਦੁਆਰ ਤੇ ਖੜ੍ਹ ਕੇ ਮੰਗਦੇ ਨੇ ਵੀ ਸਾਨੂੰ ਪੈਸੇ ਦਿਓ ਜੀ, ਸਾਡਾ ਨੀ, ਸਾਡਾ ਤਾਂ ਕਰੋਨੇ ਦਾ ਬੁਰਾ ਹਾਲ ਹੈ, ਇਹਨਾਂ ਦੇ ਤਾਂ ਹੈਲਥ ਮਿਨਿਸਟਰ ਨੇ ਹੱਥ ਹੀ ਚੱਕਦੇ ਵੀ ਹੁਣ ਤਾਂ ਜੋ ਜੇ ਵੈਕਸੀਨ ਆ ਗਈ ਤਾਂ ਕੁਛ ਹੋਜੂਗਾ, ਨਹੀਂ ਤਾਂ ਸਾਥੋਂ ਕੁਛ ਨੀ ਹੁੰਦਾ। ਜਿਹੜੇ ਬਾਕੀ ਇਹਨਾਂ ਨੇ ਇੱਥੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇੰਨੀ ਮਿਸ ਗਵਰਨੈਂਸ, ਇੰਨੀ ਪੂਅਰ ਪਰਫਾਰਮੈਂਸ ਔਰ ਇੰਨੇ ਸਕੈਮ, ਸਾਰਿਆਂ ਨੂੰ ਪਤਾ, ਪਰ ਉਸਦੇ ਨਾਲ ਸਰ ਪਿਛਲੀਆਂ ਸਰਕਾਰਾਂ ਜਿਹੜੀਆਂ ਤੁਹਾਡੀ ਭਾਈਵਾਲ ਦੇ ਨਾਲ ਰਹੀਆਂ ਉਹਨਾਂ ਦਾ ਲੇਖਾ ਜੋਖਾ ਵੀ ਕੱਢ ਕੇ ਦੇਖੋ ਚੰਨੀ ਸਾਹਿਬ, ਕਿਉਂ ਪੰਜਾਬ 2.5 ਲੱਖ ਕਰੋੜ ਦੇ ਕਰਜ਼ੇ ਹੇਠ ਹੈ ਸਰ। ਸਵਾਲ ਇਹ ਵੀ ਹੈ ਚੰਨੀ ਸਾਹਿਬ, ਜਿਹੜਾ ਤੁਸੀਂ ਆਰਡੀਨੈਂਸ ਲਿਆ ਰਹੇ ਹੋ ਸਰ ਉਹਦਾ ਵੀ ਦੇਖ ਲਓ ਨਾਲ, ਨਾਲ ਜਿਹੜਾ ਤੁਸੀਂ ਬਿਜਲੀ ਵਾਲਾ ਸੋਧ ਬਿੱਲ ਲਿਆ ਰਹੇ ਹੋ ਸਰ ਉਹਦਾ ਵੀ ਨਾਲ ਦੇਖ ਲਓ, ਉਹਦਾ ਕੀ ਅਸਰ ਹੋਊਗਾ ਸੂਬਿਆਂ 'ਤੇ। ਚੰਨੀ ਸਾਹਿਬ ਆਪਾਂ ਨੂੰ ਸਾਰੀ ਚੀਜ਼ਾਂ ਵਾਚਣੀਆਂ ਪੈਣਗੀਆਂ ਸਰ, ਸਿਆਸਤ ਆਪਣੀ ਜਗ੍ਹਾ ਸਰ, ਇਹ ਇਕਨੋਮਿਕ ਹਾਲਾਤ ਆ ਸਰ, ਇਸ ਨੂੰ ਉਸੇ ਤਰੀਕੇ ਨਾਲ ਦੇਖੋ ਜੋ ਇਕਨੋਮਿਕ ਸਰ ਸੋਚਦੀ ਹੈ, ਪੋਲੀਟੀਕਲ ਇਕਨੋਮਿਕਸ ਨਾਲ ਦੇਖੋ ਚੰਨੀ ਸਾਹਿਬ। ਉਹ ਜਿਹੜੇ ਆਰਡੀਨੈਂਸ ਆਏ ਨੇ ਉਹ ਇਕਨੋਮਿਕ ਹਾਲਾਤ ਨੂੰ ਠੀਕ ਕਰਨ ਵਾਸਤੇ ਆਏ ਨੇ ਚੰਨੀ ਸਾਹਿਬ। ਕੱਲਾ ਖੇਤੀਬਾੜੀ ਸੈਕਟਰ ਹੈ ਜਿਹਨੇ 3% ਤੋਂ ਉੱਪਰ ਸਾਨੂੰ ਕੁਝ ਦਿੱਤਾ ਸਰ, ਬਾਕੀ ਸਭ ਨੇ ਮਨਫੀ ਦਿੱਤਾ। ਉਹ ਤੇ ਇਹ ਜਿਹੜੇ ਆਰਡੀਨੈਂਸ ਨੇ ਉਹ ਖੇਤੀਬਾੜੀ ਸੈਕਟਰ ਨੂੰ ਹੀ ਉੱਪਰ ਹੋਰ ਚੱਕਣ ਵਾਸਤੇ ਨੇ। ਠੀਕ ਹੈ। ਰਾਜੀਵ ਖੋਸਲਾ ਜੀ, ਖੋਸਲਾ ਜੀ, ਕੁਝ ਸਾਲ ਦੇ ਵਿੱਚ ਅਸੀਂ ਸੁਣਦੇ ਸੀ 8% ਦੀ ਸਾਡੀ ਵਿਕਾਸ ਦਰ ਖੜੀ ਹੈ, ਬਹੁਤ ਅਸੀਂ ਖੁਸ਼ ਹੁੰਦੇ ਸੀਗੇ। ਹੁਣ ਕਿੰਗਰਾ ਸਾਹਿਬ ਇਸੇ ਡਿਬੇਟ ਵਿੱਚ ਬਹਿ ਕੇ ਕਹਿੰਦੇ ਆ ਜੇ ਅਸੀਂ ਲੈਵਲ ਵੀ ਕਰ ਲਈਏ ਤਾਂ 6% 'ਤੇ ਜਾ ਕੇ ਅਸੀਂ ਖੜ੍ਹਦੇ ਹਾਂ, ਪਰ ਸਰ ਮੈਨੂੰ ਇਹਨਾਂ ਦੇ ਤਰਕ ਵਿੱਚ 6% ਨੈਗੇਟਿਵ, ਮੈਂ ਸਮਝ ਗਿਆ ਕਿੰਗਰਾ ਸਾਹਿਬ, ਮੈਨੂੰ ਇਹ ਤਰਕ ਦੇ ਵਿੱਚ ਦਮ ਤਾਂ ਲੱਗਦਾ ਖੋਸਲਾ ਸਾਹਿਬ, ਪਰ ਮੈਨੂੰ ਇਹ ਸ਼ੱਕ ਜ਼ਰੂਰ ਜਾਪਦਾ ਕਿ ਖੋਸਲਾ ਸਾਹਿਬ ਅਸੀਂ ਕੁਝ ਥੋੜ੍ਹਾ ਬਹੁਤ ਵੀ ਰਿਕਵਰ ਕਰਨ ਦੀ ਸਥਿਤੀ ਵਿੱਚ ਹੈਗੇ ਹਾਂ, ਕਿਉਂਕਿ ਚੰਨੀ ਸਾਹਿਬ ਇਹ ਗੱਲ ਕਹਿ ਰਹੇ ਆ ਸਾਡਾ ਯੂਥ ਹੈ, ਸਾਡੀ ਐਡੀ ਪਾਪੂਲੇਸ਼ਨ ਹੈ, ਬਹੁਤ ਜ਼ਿਆਦਾ ਡਿਮਾਂਡ ਹੈ ਸਰ ਸਾਡੇ ਮੁਲਕ ਵਿੱਚ। ਖੋਸਲਾ ਜੀ, ਕਿੰਗਰਾ ਸਾਹਿਬ ਨੇ ਬਹੁਤ ਹੀ ਸੂਝ ਬੂਝ ਵਾਲੀਆਂ ਗੱਲਾਂ ਕੀਤੀਆਂ, ਮੈਂ ਇੱਕ ਅੱਧਾ ਪੁਆਇੰਟ ਵਿੱਚ ਐਡ ਕਰਨਾ ਚਾਹੁੰਦਾ। ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ, ਜਦੋਂ ਅਸੀਂ GDP ਦੀ ਅਕਾਊਂਟਿੰਗ ਕਰਦੇ ਹਾਂ ਤਾਂ GDP ਦੀ ਅਕਾਊਂਟਿੰਗ ਦੇ ਵਿੱਚ ਅਸੀਂ ਇਨਫੋਰਮਲ ਸੈਕਟਰ ਜਾਂ ਅਨਆਰਗੇਨਾਈਜ਼ ਸੈਕਟਰ ਨਹੀਂ ਲੈਂਦੇ, ਅਸੀਂ ਸਿਰਫ ਫਾਰਮਲ ਜਾਂ ਆਰਗੇਨਾਈਜ਼ਡ ਸੈਕਟਰ ਦੇ ਨਾਲ GDP ਦੀ ਜਿਹੜੀ ਅਕਾਊਂਟਿੰਗ ਹੈ ਉਹਨੂੰ ਕਰਦੇ ਹਾਂ। ਹੁਣ ਜਿਹੜਾ ਅੱਜ ਦਾ ਡੇਟਾ ਹੈ, ਜਿਹੜਾ 23.9% ਜਿਹੜੇ GDP ਦੇ ਡੇਟੇ ਆਏ ਨੇ, -23.9%, ਜੇ ਅਸੀਂ ਇਹਦੇ ਚ GDP ਇਨਫੋਰਮਲ ਸੈਕਟਰ ਦੀ ਲਾ ਲਈਏ ਤਾਂ 35% ਤੇ ਜਾ ਕੇ ਗਿਰਦਾ, -10% ਦੀ ਹਜੇ GDP ਦੇ ਵਿੱਚ ਇੱਥੇ। ਤੇ ਜਿਹੜੀ ਉਸ ਐਂਗਲ ਦੇ ਨਾਲ ਹੁਣ ਜੇ ਮੈਂ ਸਰ ਵਾਲਾ ਪੁਆਇੰਟ ਅੱਗੇ ਲੈ ਕੇ ਜਾਵਾਂ, ਕਿੰਗਰਾ ਸਾਹਿਬ ਜਿਹੜੀ ਤੁਸੀਂ ਗੱਲ ਕਹੀ ਹੈ ਇਹ 6% ਨਹੀਂ ਜਾਏਗੀ, ਇਹ ਡਬਲ ਡਿਜਿਟ ਦੇ ਵਿੱਚ ਰਹੇਗੀ। ਮੈਂ ਤੁਹਾਨੂੰ ਇਹ ਅੰਕੜੇ ਦੱਸਦਾ ਕਿਹਨੇ ਕਹੇ ਹੈ। ਨਮੂਰਾ ਦੀ ਰਿਪੋਰਟ ਹੈ -10.8% ਫਾਈਨੈਂਸ਼ੀਅਲ ਈਅਰ 21 ਦੇ ਵਿੱਚ, ਨਮੂਰਾ ਕਹਿੰਦੀ ਹੈ -10.8% ਹਿੰਦੁਸਤਾਨ ਦੀ ਗਰੋਥ। ਸਟੇਟ ਬੈਂਕ ਆਫ ਇੰਡੀਆ -16.5%, ਇਕਰਾ ICRA -9.5%, ਇਕੋਨਮਿਸਟ ਇੰਟੈਲੀਜੈਂਸ ਯੂਨਿਟ -8.5%, ਜਿਹੜੇ ਪੁਰਾਣੇ ਸਾਡੇ ਪ੍ਰਣਵ ਸੇਨ ਜੀ ਜਿਹੜੇ ਚੀਫ ਸਟੈਟਿਸਟੀਸ਼ੀਅਨ ਰਹੇ ਆ ਹਿੰਦੁਸਤਾਨ ਦੇ ਵਿੱਚ, ਜਿਨ੍ਹਾਂ ਦੇ ਅੰਕੜੇ ਹਜੇ ਤੱਕ ਬਿਲਕੁਲ ਸਟੀਕ ਸਾਬਤ ਹੋਏ ਆ, ਉਹਨਾਂ ਨੇ 25% ਦੀ ਗਰੋਥ ਕਹੀ ਸੀ ਵਿਦਆਊਟ ਅਕਾਊਂਟਿੰਗ ਫਾਰ ਇਨਫੋਰਮਲ ਸੈਕਟਰ। ਉਹਨਾਂ ਦਾ ਆਪਣਾ ਮੰਨਣਾ ਕਿ ਹਿੰਦੁਸਤਾਨ ਦੀ ਜਿਹੜੀ ਗਰੋਥ ਹੈ GDP ਦੀ ਉਹ ਇਸ ਸਾਲ ਦੇ ਵਿੱਚ -12.5% ਹੋਏਗੀ। ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ KP ਜੀ, ਇਹ ਕਿੱਥੇ ਤੱਕ ਗਿਰੇਗੀ, -12% ਦੇ ਵਿੱਚ ਜਾ ਕੇ ਗਿਰੇਗੀ, ਡਬਲ ਡਿਜਿਟ ਵਿੱਚ ਜਾਊਗੀ। ਤੁਸੀਂ ਇਸ ਤੇ ਸਟੈਂਡ ਕਰਦੇ ਹੋ ਡਬਲ ਡਿਜਿਟ ਤੱਕ ਰਹੂਗੀ ਇਸ ਵਿੱਤੀ ਵਰੇ ਦੇ ਵਿੱਚ? ਬਿਲਕੁਲ ਜੀ, ਬਿਲਕੁਲ ਇਸ -10-12% ਉਸ ਤੇ ਜਾਏਗੀ। ਠੀਕ ਹੈ। ਇੱਕ ਛੋਟਾ ਹੋਰ ਬ੍ਰੇਕ ਲੈ ਕੇ ਵਾਪਸ ਆਵਾਂਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਹਰ ਪੁਆਇੰਟ ਹੈ ਜਿਹੜਾ ਉਹ ਸਮਝ ਆਵੇ। ਸਾਡੇ ਕੋਲ ਇਕਨੋਮਿਸਟ ਵੀ ਬੈਠੇ ਆ, ਉਹ ਪੂਰਾ ਡਾਟਾ ਲੈ ਕੇ ਬੈਠੇ ਹੋਏ ਆ। ਡਾਟਾ ਦੇ ਵਿੱਚ ਹੇਰ ਫੇਰ ਨਾ ਹੋਵੇ, ਡਿਬੇਟ ਹੈ ਜਿਹੜੀ, ਡਿਬੇਟ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਇਹ ਸਮਝ ਆਵੇ ਕਿ ਵਿਕਾਸ ਦਰ ਕਿਹਨੂੰ ਕਹਿੰਦੇ ਆ ਅਤੇ ਵਿਕਾਸ ਦਰ ਦੇ ਵਿਚਾਲੇ ਜੁਮਲੇ ਕਿਹਨੂੰ ਕਹਿੰਦੇ, ਇਹ ਤੁਹਾਨੂੰ ਸਮਝ ਆਉਣਾ ਚਾਹੀਦਾ। ਇਸ ਲਈ ਅਸੀਂ ਬੈਠੇ ਹਾਂ, ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਬੜਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਦੇਸ਼ ਵਿੱਚ ਪਹਿਲੇ ਕੁਆਟਰ ਦੀ ਨੈਗੇਟਿਵ ਵਿਕਾਸ ਦਰ ਦਾ ਅਸਰ ਕੀ ਅਤੇ ਕਦੋਂ ਤੱਕ ਰਹੇਗਾ? ਖੋਸਲਾ ਜੀ, ਪਹਿਲਾਂ ਮੈਨੂੰ ਇੱਕ ਛੋਟਾ ਜਿਹਾ ਜਵਾਬ ਦੇ ਦਿਉ, ਉਸ ਤੋਂ ਬਾਅਦ ਮੈਂ ਚੰਨੀ ਸਾਹਿਬ ਕੋਲ ਜਾਊਂਗਾ। ਖੋਸਲਾ ਜੀ, ਜਿਵੇਂ ਤੁਸੀਂ ਕਿਹਾ ਕਿ ਅਸੀਂ ਸਾਲ ਦੇ ਅਖੀਰ ਤੱਕ, ਇਸ ਵਿੱਤੀ ਵਰ੍ਹੇ ਦੇ ਅਖੀਰ ਤੱਕ -12 ਤੱਕ ਜਾਵਾਂਗੇ, ਮੇਰਾ ਸਵਾਲ ਇਹ ਹੈ ਖੋਸਲਾ ਜੀ, ਅਸੀਂ 2022 ਤੱਕ ਕਿੱਥੇ ਸਟੈਂਡ ਕਰਦੇ ਹੋਵਾਂਗੇ? ਜੇ ਇਹੋ ਜਿਹੇ ਹਾਲਾਤ ਹੈ ਜਿਹੜੇ ਕੋਰੋਨਾ ਸੰਕਟ ਦੇ ਵਿਚਾਲਿਓਂ ਉੱਭਰਦੇ ਹੋਏ,
ਜਾਂ ਇਹੋ ਜਿਹੀ ਕੋਈ ਹੋਰ ਐਕਟ ਆਫ ਗੋਡ ਨਾ ਹੋਇਆ ਤਾਂ ਅਸੀਂ ਕਿੱਥੋਂ ਤੱਕ ਜਾ ਕੇ ਸਟੈਂਡ ਕਰਾਂਗੇ ਖੋਸਲਾ ਜੀ? ਪਹਿਲਾਂ ਤਾਂ ਇਹਨੂੰ ਆਪਾਂ ਮਿਸਨੋਮਰ ਹੈ, ਦਿਸ ਇਜ਼ ਐਨ ਐਕਟ ਆਫ ਗੋਡ, ਦਿਸ ਇਜ਼ ਇਨਫੈਕਟ ਐਕਟ ਆਫ ਫਰਾਡ, ਇਹ ਐਕਟ ਆਫ ਗੋਡ ਨਹੀਂ ਹੈ, ਐਕਟ ਆਫ ਫਰਾਡ ਹੈ। ਠੀਕ ਹੈ, ਇਹ ਗੱਲਾਂ ਸਿਰਫ ਇਹ ਗੱਲਾਂ ਦੇ ਵਿੱਚ ਹੀ ਹੈ। ਐਕਟ ਆਫ ਗੋਡ, ਐਕਟ ਆਫ ਗੋਡ ਵਰਗੀ ਚੀਜ਼ ਹੁੰਦੀ ਤਾਂ ਚੀਨ 3.2% ਪੋਜ਼ਿਟਿਵ ਗਰੋਥ ਤੇ ਨਾ ਹੁੰਦਾ, ਚੀਨ ਦੇ ਉੱਤੇ ਵੀ ਬਰਾਬਰ ਦੀ ਮਾਰ ਪਈ ਸੀ। ਦੂਜੀ ਚੀਜ਼, ਤੁਸੀਂ ਜਿਹੜਾ ਸਵਾਲ ਪੁੱਛਿਆ ਵੀ 2022 ਦੇ ਵਿੱਚ ਅਸੀਂ ਕਿੱਥੇ ਜਾ ਕੇ ਖੜੇ ਹੋਵਾਂਗੇ, 2022 ਦੇ ਵਿੱਚ ਉਮੀਦ ਹੈ ਕਿ ਅਸੀਂ 4 ਤੋਂ 4.5% ਤੱਕ ਦੀ ਜਿਹੜੀ ਗਰੋਥ ਹੈ ਉਸ ਤੇ ਪਹੁੰਚਾਂਗੇ। ਅਜੇ ਤੱਕ ਵੀ ਉਹ 7, ਚਲੋ ਮੈਂ ਇੱਕ ਹੋਰ ਥੋੜਾ ਆਈਡੀਆ ਦੇ ਦੋ, 2022 ਤੱਕ 4 ਤੋਂ 4.5%, 2024 ਤੱਕ ਕਿੱਥੇ ਖੜੇ ਹੋਵਾਂਗੇ ਅਸੀਂ? 6 ਤੱਕ ਸਰ 6 ਤੱਕ, 2024 ਤੱਕ। ਥੋੜਾ ਜਿਹਾ ਆਈਡੀਆ ਵਧਾ ਲਓ, 8 ਤੱਕ ਲੈ ਜਾਈਏ ਕਿ ਨਾ ਲੈ ਕੇ ਜਾਵਾਂ? ਨਹੀਂ, ਰੀਅਲਿਸਟਿਕ ਹੋ ਕੇ ਕਹੀਏ ਤਾਂ ਇਹ 6.5% ਹੈ। ਬਾਕੀ ਜੇ ਵਿੱਚ ਕੋਈ ਜਿਹੜੇ ਮੈਂ ਦੱਸਿਆ ਵੀ ਐਕਟ ਆਫ ਫਰਾਡ ਕਰਨੇ ਆ, ਵਿੱਚ ਇਨਫਲੇਸ਼ਨ ਪਾਣੀ ਹੈ, ਤਾਂ ਫਿਰ ਭਾਵੇਂ ਉਹਨੂੰ ਜਿੱਥੇ ਮਰਜ਼ੀ ਅਸੀਂ ਭਾਵੇਂ 12% ਲੈ ਜਾਈਏ। 7 ਤੱਕ ਵੀ ਨਾ ਲੈ ਕੇ ਜਾਵਾਂ? ਨਹੀਂ ਜੀ, 6 ਤੇ ਹੀ ਰਹੇਗੀ। 6 ਚੰਨੀ ਸਾਹਿਬ, ਸੁਪਨਾ ਸੀ 5 ਟ੍ਰਿਲੀਅਨ, ਸਾਲ ਸੀਗਾ 2024, ਹੁਣ ਕੀ ਕਹੋਗੇ ਸਰ? ਦੇਖੋ, ਖੋਸਲਾ ਜੀ ਨੇ ਗੱਲ ਕੀਤੀ ਹੈ ਚਾਈਨਾ ਦੀ, ਚਾਈਨਾ ਦਾ ਹੀ ਇੱਕ ਦੇਣ ਹੈ ਸਾਰੀ ਦੁਨੀਆ ਨੂੰ, ਔਰ ਉਹਨਾਂ ਤੇ ਬੜਾ ਸ਼ੱਕ ਕੀਤਾ ਜਾ ਰਿਹਾ ਕਿ ਉਹਨਾਂ ਨੇ ਸਾਰੀ ਦੁਨੀਆ ਦੀ ਇਕਾਨਮੀ ਫੇਲ ਕਰਨ ਵਾਸਤੇ ਇਹ ਜਿਹੜਾ ਕਰੋਨਾ ਹੈਗਾ ਸ਼ਾਇਦ ਉਹਨੂੰ ਸਪਰੈਡ ਕਰਦਾ, ਔਰ ਸਾਰੀ ਦੁਨੀਆ ਕੰਡੈਮ ਕਰਦੀ ਹੈ, ਔਰ ਸਾਰੀ ਦੁਨੀਆ ਕੱਟ ਆਫ ਹੋ ਰਹੀ ਹੈ। ਸਾਨੂੰ ਚਾਈਨਾ ਦੀਆਂ ਜਿਹੜੀਆਂ ਉਹਨਾਂ ਦੇ ਮਗਰ ਲੱਗਣ ਦੀ ਬਜਾਏ, ਕਿਉਂਕਿ ਉਹਨਾਂ ਦੀ ਸ਼ਰਾਰਤ ਹੈ, ਔਰ ਉਹ ਕੱਲੀ ਇਕਾਨਮੀ ਦੀ ਸ਼ਰਾਰਤ ਨਹੀਂ ਕਰ ਰਹੇ, ਉਹ ਸਾਡੇ ਬਾਰਡਰ ਦੇ ਸਰ ਸ਼ਰਾਰਤ ਸਾਡੇ ਨਾਲ ਕਿਉਂ ਜ਼ਿਆਦਾ ਹੋ ਗਈ? ਚੰਨੀ ਸਾਹਿਬ, ਸ਼ਰਾਰਤ ਸਾਡੇ ਨਾਲ ਕਿਉਂ ਜ਼ਿਆਦਾ ਹੋ ਗਈ? ਸਾਡੇ ਕਿਉਂਕਿ ਸਾਡਾ ਜਿਹੜਾ ਮੁਲਕ ਹੈ ਉਹਦਾ ਸਾਈਜ਼ ਹੋ ਰਿਹਾ, ਅਸੀਂ ਤਾਂ ਸਰ ਵੱਡੇ ਵੱਡੇ ਦਾਅਵੇ ਕੀਤੇ ਸੀ, ਚਾਈਨਾ ਦੀਆਂ ਸਾਰੀਆਂ ਕੰਪਨੀਆਂ ਚੱਕ ਕੇ ਅਸੀਂ ਇੱਥੇ ਲਿਆਵਾਂਗੇ, ਹੁਣ ਪ੍ਰੋਡਕਸ਼ਨ ਚਾਈਨਾ ਕਰਦਾ ਪਿਆ, ਹੁਣ ਤੁਸੀਂ ਇਹ ਕਹਿ ਰਹੇ ਹੋ? ਨਹੀਂ, ਅਜੇ ਜਿਹੜੀਆਂ ਕੰਪਨੀਆਂ ਨੇ ਉਹ ਆ ਰਹੀਆਂ ਨੇ, ਔਰ ਬੜੀ ਭਾਰੀ ਤਾਦਾਦ ਦੇ ਵਿੱਚ ਸਾਡਾ ਜਿਹੜਾ ਡਿਫੈਂਸ ਸੈਕਟਰ ਹੈਗਾ ਜਾਂ ਸਾਡਾ ਸਪੇਸ ਹੈ, ਸਾਇੰਸ ਐਂਡ ਟੈਕਨੋਲੋਜੀ ਹੈ, ਉਹਦੇ ਵਿੱਚ ਬੜਾ ਕੁਛ ਆ ਰਿਹਾ ਹੈਗਾ। ਔਰ ਜਿਸ ਤਰ੍ਹਾਂ ਅਸੀਂ ਸਾਰੀ ਇਹਨਾਂ ਨੂੰ ਬਾਈਕਾਟ ਕਰ ਰਹੇ ਹੈਗੇ ਹਾਂ, ਵੀ ਵੋਕਲ ਫਾਰ ਲੋਕਲ ਐਂਡ ਆਲ, ਉਹਦੇ ਨਾਲ ਜਿਹੜਾ ਅਸੀਂ ਜਿੰਨਾ ਸਾਡਾ ਸਰਮਾਇਆ ਸੀਗਾ ਬਾਹਰ ਜਾ ਰਿਹਾ ਸੀਗਾ, ਖਾਸ ਕਰਕੇ ਚਾਈਨਾ ਜਾ ਰਿਹਾ ਸੀਗਾ, ਉਹ ਸਾਰਾ ਕੰਟੇਨ ਹੋਏਗਾ, ਔਰ ਉਹਦੇ ਨਾਲ ਤੁਸੀਂ ਇਹ ਸਿਰਫ ਕਰੋਨਾ ਨੂੰ ਨਿਕਲ ਜਾਣ ਦਿਓ, ਤੁਸੀਂ ਦੇਖੋਗੇ ਕਿ ਅਸੀਂ ਵਾਪਸ, ਜੇ ਅਸੀਂ ਪਹਿਲਾਂ ਦੇਖੋ ਮੁਲਕ ਉਹੀ ਹੈ, ਮੁਲਕ ਨੂੰ ਕੁਛ ਨਹੀਂ ਹੋਇਆ, ਜੇ ਪਹਿਲਾਂ ਅਸੀਂ 8-10% ਤੱਕ ਜੇ ਸਾਡੀ ਗਰੋਥ ਸੀਗੀ, ਤੇ ਹੁਣ ਸਾਡੀ ਉਹ ਗਰੋਥ ਨੂੰ ਕੀ ਹੋ ਜਾਣ ਲੱਗੇ? ਇਹ ਤਾਂ ਇੱਕ ਹਾਲਾਤ ਇੱਦਾਂ ਦੇ ਹੈਗੇ ਨੇ, ਹਰ ਬੰਦਾ ਘਰੇ ਵੜਿਆ ਬੈਠਾ, ਡਰਿਆ ਬੈਠਾ ਕਿ ਮੈਨੂੰ ਕਿਤੇ ਜਿਸ ਤਰ੍ਹਾਂ ਇਹ ਬਿਮਾਰੀ ਨਾ ਲੱਗ ਜੇ, ਔਰ ਜਿਹੜੇ ਲੋਕ ਨਿਕਲਦੇ ਆ ਬਾਹਰ, ਮੈਂ ਦੇਖਿਆ ਦੁਕਾਨਾਂ ਖੁੱਲੀਆਂ ਨੇ। ਚਲੋ ਚੰਨੀ ਸਾਹਿਬ, ਕਰੋਨਾ ਕਰਕੇ ਹੋਇਆ ਹਾਲ, ਤੁਸੀਂ ਵਾਰ ਵਾਰ ਕਹਿ ਰਹੇ ਹੋ, 2016-17 ਦੇ ਵਿੱਚ 8.3% ਸੀ ਸਾਡੀ ਜੀ ਡੀ ਪੀ, 2017-18 ਵਿੱਚ 7% ਹੋਈ, 2018-19 ਵਿੱਚ 6.1% ਹੋਈ, 2019-20 ਵਿੱਚ 4.2% ਹੋਈ, ਅਤੇ ਹੁਣ ਦਾ ਕੁਆਟਰ ਦਾ ਮੈਂ ਤੁਹਾਨੂੰ ਦੱਸ ਚੁੱਕਿਆ। ਚੰਨੀ ਸਾਹਿਬ, ਜੇ ਮੇਰੇ ਕੋਈ ਅੰਕੜੇ ਗਲਤ ਹੋਏ ਤਾਂ ਖੋਸਲਾ ਹੀ ਸੁਧਾਰ ਦੇਣਗੇ। ਮੇਰਾ ਸਵਾਲ ਹੈ ਚੰਨੀ ਸਾਹਿਬ, ਉਦੋਂ ਕਰੋਨਾ ਹੈਗਾ ਸੀਗਾ ਨਹੀਂ ਹੈਗਾ ਸੀ? ਦੇਖੋ, ਇਹ ਥੋੜ੍ਹਾ ਜਿਹਾ ਅਪਵਰਡ ਟ੍ਰੈਂਡ ਡਾਊਨਵਰਡ ਟ੍ਰੈਂਡ ਆਉਂਦਾ ਰਹਿੰਦਾ ਹੈਗਾ, ਪਰ ਜਿੰਨੀ ਸਾਡੇ ਕੋਲ ਹੁਣ ਜਿਹੜਾ ਸਾਡੀ ਫੋਰਨ ਐਕਸਚੇਂਜ ਹੈਗੀ ਆ, ਤੁਸੀਂ ਉਹਦੇ ਰਿਜ਼ਰਵ ਦੇਖ ਲਓ, ਬਾਕੀ ਚੀਜ਼ਾਂ ਦੇਖ ਲਓ, ਉਹ ਸਾਰੀਆਂ ਚੀਜ਼ਾਂ ਇਹ ਇਸ ਪੋਜ਼ਿਟਿਵਲੀ ਇੰਡੀਕੇਟ ਕਰਦੀਆਂ ਨੇ ਕਿ ਅਸੀਂ ਜਿੱਦਾਂ ਹੀ ਅਸੀਂ ਇਸ ਆਪਣੇ ਆਪ ਨੂੰ ਪੂਰਾ ਅਨਲੌਕ ਕਰ ਲਿਆ, ਰਾਜੀਵ ਖੋਸਲਾ ਜੀ, ਮੈਂ ਤਕਨੀਕੀ ਭਾਸ਼ਾ ਵਿੱਚ ਨਹੀਂ ਸਮਝਣਾ ਚਾਹੁੰਦਾ ਹੈਗਾ, ਮੈਂ ਸੌਖੀ ਭਾਸ਼ਾ ਵਿੱਚ ਸਮਝਣਾ ਚਾਹੁੰਦਾ। ਇਹਨਾਂ ਨੇ ਫੋਰਨ ਦੀ ਗੱਲ ਕੀਤੀ ਹੈ ਕਿ ਸਾਡੇ ਕੋਲ ਉਹਨਾਂ ਰਿਮਿੰਟੈਂਸ ਨਾਲ ਕਿੰਨਾ ਹੁੰਦਾ। ਮੇਰਾ ਸਵਾਲ ਹੈ ਖੋਸਲਾ ਜੀ, ਕਿੰਨੇ ਡਾਲਰ ਅਸੀਂ ਵੱਧ ਲਿਆਉਂਦੇ ਹਾਂ ਇੰਡੀਆ ਦੇ ਵਿੱਚ, ਕਿੰਨਾ ਕੁਛ ਅਸੀਂ ਆ ਜਿਹੜਾ ਬਾਹਰੋਂ ਆ ਜਿਹੜਾ ਲਿਆ ਕੇ ਆਪਦੇ ਕੋਲ ਰੱਖ ਲਿਆ? FDA ਦਾ ਜ਼ਿਕਰ ਕਰ ਰਹੇ ਆ ਇਹ ਸਰ, ਇਹ ਕਹਿੰਦੇ ਵੀ ਕਰੋਨਾ ਕਾਲ ਨਿਕਲਿਆ ਤਾਂ ਸਭ ਕੁਛ ਸੈੱਟ ਹੋ ਜਾਊਗਾ, ਮੈਨੂੰ ਉਹ ਥੋੜ੍ਹਾ ਸਮਝਾ ਦਿਓ। ਆ ਰਿਹਾ ਕਿੰਗਰਾ ਜੀ, ਮੈਂ ਪਹਿਲਾਂ ਚੰਨੀ ਸਾਹਿਬ ਦਾ ਇੱਕ ਜਿਹੜੀ ਚੰਨੀ ਸਾਹਿਬ ਨੇ ਗੱਲ ਚੱਕੀ ਹੈ ਨਾ ਜੀ, ਮੈਂ ਉਹਦੇ ਬਾਰੇ ਥੋੜ੍ਹਾ ਜਿਹਾ ਸਪਸ਼ਟੀਕਰਨ ਦੇਣਾ ਚਾਹੁੰਦਾ ਹਾਂ। ਸਰ, ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਚੀਨ ਜਿਹੜਾ ਹੈ, ਚੀਨ ਦੀ ਪ੍ਰੋਬਲਮਸ ਜਿਹੜੀਆਂ, ਚੀਨ ਨੇ ਸਾਰੇ ਪਾਸੇ ਜਿਹੜਾ ਸੰਕਟ ਦੇ ਵਿੱਚ ਸਾਰੀ ਦੁਨੀਆ ਨੂੰ ਪਾਤਾ ਹੈ। ਚੀਨ ਨੇ ਜੇ ਅਸੀਂ US ਦਾ ਇੰਪੋਰਟ ਦੇਖੀਏ ਤਾਂ ਹਜੇ ਵੀ ਚੀਨ ਦੇ, ਚਾਹੇ ਉਹਨਾਂ ਨੇ US ਨੇ 100 ਤਰ੍ਹਾਂ ਦੀਆਂ ਸੈਂਕਸ਼ਨਸ ਲਾਤੀਆਂ, US ਦੇ ਇੰਪੋਰਟ ਦੇ ਵਿੱਚ ਚੀਨ ਦਾ ਜਿਹੜਾ ਸ਼ੇਅਰ ਹੈ ਉਹ ਵਧਿਆ। ਤੁਸੀਂ ਕੋਈ ਵੀ ਰਿਪੋਰਟ ਚੱਕ ਕੇ ਦੇਖੋ ਉਹਨਾਂ ਦੀ, ਉਹਦੇ ਚੀਨ ਦਾ ਸ਼ੇਅਰ ਜਿਹੜਾ ਵੱਧ ਰਿਹਾ, ਉਹ ਸਿਰਫ ਗੱਲਾਂ ਦੇ ਵਿੱਚ ਹੈ ਟਰੰਪ ਸਾਹਿਬ ਦੀਆਂ, ਕਿਉਂਕਿ ਉੱਥੇ ਇਲੈਕਸ਼ਨਸ ਹੈ, ਹੀ ਮਾਈਟ ਬੀ ਟ੍ਰਾਇੰਗ ਟੂ ਇਨਕੈਸ਼ ਦੈਟ, ਇਸ ਇੱਕ ਚੀਜ਼। ਦੂਜੀ ਚੀਜ਼ ਜਿਹੜੀ ਹੈ, ਹਿੰਦੁਸਤਾਨ ਨੇ
अमरीका दे मगर लग के IMF तो एड लैन तो मना करता। 2 महीने पुरानी खबर है जी, हिंदुस्तान ने IMF ਨੂੰ ਬਾਈਕਾਟ ਕਰਤਾ ਵੀ ਸਾਨੂੰ ਤੁਹਾਡੇ ਤੋਂ ਏਡ ਨਹੀਂ ਚਾਹੀਦੀ ਅਮਰੀਕਾ ਦੇ ਮਗਰ ਲੱਗ ਕੇ। ਕੀ ਅਸੀਂ ਚੀਨ ਦੇ ਮਗਰ ਸਾਨੂੰ ਲੱਗਣਾ ਚਾਹੀਦਾ ਸੀ, ਇੰਪੋਰਟ ਕਰਨਾ ਐਕਸਪੋਰਟ ਕਰਨਾ ਚਾਹੀਦਾ ਸੀ ਦੂਜੇ ਮੁਲਕਾਂ ਨੂੰ ਕਿ IMF ਤੋਂ ਮਨਾ ਕਰ ਦੇਣਾ ਚਾਹੀਦਾ ਸੀ ਅਮਰੀਕਾ ਦੇ ਮਗਰ ਲੱਗ ਕੇ ਕਿ ਸਾਨੂੰ ਤੁਹਾਡੇ ਤੋਂ ਕਿਸੇ ਤਰੀਕੇ ਦੀ ਹੈਲਪ ਨਹੀਂ ਚਾਹੀਦੀ। ਦੂਜੀ ਚੀਜ਼ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਕਰੋਨਾ ਜਿਹੜਾ ਹੈ ਇਹਦੀ ਇਹ ਪ੍ਰੋਬਲਮ ਹੈ ਇਹ ਸਾਰੇ ਮੁਲਕਾਂ ਦੇ ਵਿੱਚ ਹੈ ਔਰ ਹਿੰਦੁਸਤਾਨ ਨੂੰ ਇਹਨੇ ਗ੍ਰਿਫਤ 'ਚ ਲਿੱਤਾ, ਸਟਾਕ ਮਾਰਕੀਟ ਨੂੰ ਕਿਉਂ ਨਹੀਂ ਲਿੱਤਾ ਸਰ? ਸਟਾਕ ਮਾਰਕੀਟ ਦੇ ਡਾਇਰੈਕਟ ਵੇ ਡਾਇਰੈਕਟ ਸੈਂਟੀਮੈਂਟਸ ਜਿਹੜੇ ਨੇ ਬਿਜ਼ਨਸ ਦੇ ਨਾਲ ਜੁੜੇ ਹੋਏ ਨੇ, ਸਟਾਕ ਮਾਰਕੀਟ ਸਾਡੀ ਕਿਉਂ ਨਹੀਂ ਗਿਰੀ ਫਿਰ? ਜੇ ਇਦਾਂ ਦੀ ਗੱਲ ਹੁੰਦੀ ਤਾਂ ਸਟਾਕ ਮਾਰਕੀਟ ਵੀ ਕ੍ਰੈਸ਼ ਕਰਦੀ। ਸਟਾਕ ਮਾਰਕੀਟ ਕ੍ਰੈਸ਼ ਕਰਨ ਤੋਂ ਬਾਅਦ ਉਹਦਾ ਵੀ ਸ਼ੇਪ ਜਿਹੜੀ ਰਿਕਵਰੀ ਉਹ ਪਹਿਲਾਂ ਆ ਚੁੱਕੀ ਹੈ। ਤੁਸੀਂ ਦੇਖੋ ਸਟਾਕ ਮਾਰਕੀਟ ਅੱਜ ਦੀ ਡੇਟ ਦੇ ਵਿੱਚ 38,900 ਪੁਆਇੰਟ ਤੇ ਹੈ। ਨਹੀਂ ਤਾਂ ਕਰੋਨਾ ਦਾ ਅਸਰ ਸਟਾਕ ਮਾਰਕੀਟ ਤੇ ਵੀ ਨਜ਼ਰ ਆਉਣਾ ਚਾਹੀਦਾ ਸੀ। ਉਹਦਾ ਕਾਰਨ ਇਹ ਹੈ ਵੀ ਜਿਹੜਾ ਸਰਮਾਏਦਾਰ ਹੈ, ਸਰਮਾਏਦਾਰ ਨੂੰ ਕਰੋਨਾ ਨੇ ਨਹੀਂ ਡੰਗਿਆ। ਸਰਮਾਏਦਾਰੀ ਸਿਸਟਮ ਜਿਹੜਾ ਹੈ, ਵੱਡਾ ਕੈਪੀਟਲਿਸਟ ਜਿਹੜਾ ਹੈ, ਵੱਡੇ ਬਿਜ਼ਨਸਮੈਨ ਜਿਹੜੇ ਹੈ, ਮੇਰਾ ਪੁਆਇੰਟ ਇਧਰ ਤੇ ਆ ਰਿਹਾ, ਮੈਂ KP ਜੀ ਜਿਹੜਾ ਤੁਸੀਂ ਸਵਾਲ ਪੁੱਛਿਆ ਮੈਂ ਉਹਦਾ ਵੀ ਜਵਾਬ ਦੇ ਰਿਹਾ, ਇਹਦੇ ਨਾਲ ਹੀ ਲਿੰਕ ਕਰ ਰਿਹਾ। ਇਹਦਾ ਕਾਰਨ ਇਹ ਹੈ ਕਿ ਨੰਬਰ 1 ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ 0% ਗਰੋਥ ਰੇਟ ਹੋਈ ਹੈ, ਜਿਹੜੀ ਸ਼ਕਤੀਕਾਂਤ ਦਾਸ ਜੀ ਨੇ ਸਾਡੇ ਗਵਰਨਰ ਸਾਹਿਬ ਨੇ RBI ਦੇ ਨੇ ਦੱਸਿਆ ਬਈ 0% ਗਰੋਥ ਉੱਥੋਂ ਜਿਹੜੀ 0% ਰੇਟ ਆਫ ਇੰਟਰਸਟ ਜਿਹੜੇ ਵਿਆਜ ਜਿਹੜਾ ਹੈ ਸਸਤਾ ਕਰਤਾ, ਉਹ ਇਹਨਾਂ ਕੰਟਰੀਜ਼ ਦੇ ਵਿੱਚ ਸਾਡੇ ਵਰਗੇ ਮੁਲਕ ਜਿਹੜੇ ਆ ਅਮਰਜਿੰਗ ਇਕਨੋਮੀਜ਼ ਜਿਹੜੀਆਂ ਇਹਨਾਂ ਦੇ ਵਿੱਚ ਉਹ ਪੈਸਾ ਆ ਕੇ ਗਿਰਿਆ, ਸਟਾਕ ਮਾਰਕੀਟਸ ਦੇ ਵਿੱਚ ਗਿਰਿਆ। ਅਸੀਂ ਉਸ ਪੈਸੇ ਨੂੰ ਇਨਵਾਈਟ ਕਰਨ ਦੇ ਲਈ ਆਪਣੀ ਸਟਾਕ ਮਾਰਕੀਟਸ ਨੂੰ ਡੈਲੀਬਰੇਟਲੀ ਉਹਨਾਂ ਨੂੰ ਸ਼ਾਈਨਿੰਗ ਰੱਖਿਆ, ਅਟਰੈਕਟਿਵ ਰੱਖਿਆ, ਪਹਿਲੀ ਚੀਜ਼। ਦੂਜੀ ਚੀਜ਼ ਜਿਹੜੀ ਹੈ, ਤੁਸੀਂ ਦੇਖੋ ਸਰ, ਜੇ ਹੁਣ ਇੰਨੀਆਂ ਕੰਪਨੀਆਂ ਆਉਂਦੀਆਂ ਨੇ, ਜੇ ਸਾਡੇ ਕੋਲ ਕੁਆਲਕੋਮ ਆਉਂਦੀ ਹੈ, ਜੀਓ ਦੇ ਨਾਲ ਫੇਸਬੁੱਕ ਆਉਂਦੀ ਹੈ, ਗੂਗਲ ਆਉਂਦੀ ਹੈ, ਇਹ ਸਾਰੇ ਜਿਹੜੀਆਂ ਕੰਪਨੀਆਂ ਆ ਰਹੀਆਂ ਨੇ, ਇਹ ਕਿਉਂ ਆ ਰਹੀਆਂ ਹਿੰਦੁਸਤਾਨ ਜੇ ਡੁੱਬਦੀ ਇਕਨੋਮੀ ਸੀ ਤਾਂ? ਸਟਾਕ ਮਾਰਕੀਟ ਇਹਨਾਂ ਨੂੰ ਲੈ ਕੇ ਆ ਰਹੀ ਹੈ ਕਿਉਂਕਿ ਇੱਥੇ ਇੱਕ ਅਲੱਗ ਤਰੀਕੇ ਦਾ ਇੱਕ ਮੋਨੋਪੋਲਿਸ ਸਿਸਟਮ ਬਣ ਰਿਹਾ ਜਿਹਨੂੰ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਵੀ ਨਹੀਂ ਚੈੱਕ ਕਰ ਰਿਹਾ ਵੀ ਇੱਦਾਂ ਦਾ ਤਰੀਕੇ ਦਾ ਇੱਕ ਮੋਨੋਪੋਲਿਸ ਸਿਸਟਮ ਅਸੀਂ ਸਰਮਾਏਦਾਰੀ ਸਿਸਟਮ ਇੱਥੇ ਲੈ ਕੇ ਆ ਰਹੇ ਹਾਂ ਜਿਹਦੇ ਉੱਤੇ ਕਿਸੇ ਦਾ ਚੈੱਕ ਨਹੀਂ ਹੈਗਾ। ਕਰੋਨਾ ਇਹਨਾਂ ਨੂੰ ਕਿਉਂ ਨਹੀਂ ਡੰਗ ਮਾਰ ਰਿਹਾ? ਕਰੋਨਾ ਸਿਰਫ ਆਮ ਆਦਮੀ ਨੂੰ ਕਿਉਂ ਡੰਗ ਮਾਰ ਰਿਹਾ? ਚਲੋ, ਤੁਸੀਂ ਮੇਰੇ ਸਵਾਲ ਦਾ ਵੀ ਜਵਾਬ ਦਿੱਤਾ ਖੋਸਲਾ ਵਿੱਚ। ਕੇਂਗਰਾ ਸਾਹਿਬ, ਸਰ ਇੱਕ ਸਵਾਲ ਦਾ ਬੜਾ ਸੌਖਾ ਹੈ ਜਵਾਬ ਚਾਹੀਦਾ। ਸਰਮਾਏਦਾਰ ਹੈ ਸਰ, ਉਹ ਸਿਸਟਮ ਤੋਂ ਵੱਡੇ ਹੋ ਗਏ ਆ, ਸਰਕਾਰੀ ਖਜ਼ਾਨਾ ਤੇ ਤੁਸੀਂ ਅਸੀਂ ਸਭ ਡੰਗੇ ਜਾ ਰਹੇ ਹਾਂ। ਕੇਂਗਰਾ ਸਾਹਿਬ, ਦੇਖੋ, ਜਦੋਂ ਕੋਈ ਵੀ ਲੋਕ ਰਾਜ ਨੌਜਵਾਨ ਹੁੰਦਾ ਹੈ, ਜਿਵੇਂ ਭਾਰਤ ਦਾ ਲੋਕ ਰਾਜ ਹਜੇ ਕੋਈ ਮੈਚਿਓਰ ਨਹੀਂ ਹੋਇਆ ਗਾ, ਭਾਰਤ ਦਾ ਲੋਕ ਰਾਜ ਬੜਾ ਨਵਾਂ ਲੋਕ ਰਾਜ ਹੈ, 70-75 ਸਾਲ ਦੀ ਉਮਰ ਹੈ ਇਹਦੀ। ਜਦੋਂ ਤੁਸੀਂ ਅਮਰੀਕਾ ਦਾ ਲੋਕ ਰਾਜ ਇਸੇ ਸਥਿਤੀ ਦੇ ਵਿੱਚ ਸੀਗਾ, ਉਦੋਂ ਵੀ ਉੱਥੇ 5-4 ਘਰਾਣੇ, ਵੰਡਰਬਿਲਟ ਹੋਇਆ, JP Morgan ਹੋਇਆ, ਰੌਕੀਫੈਲਰ ਹੋਇਆ, ਇਹ 5-4 ਘਰਾਣੇ ਉੱਥੇ ਰਾਜ ਕਰਦੇ ਸੀ। ਰੂਸਵੈਲਟ ਜਦੋਂ ਉੱਥੋਂ ਦਾ ਰਾਸ਼ਟਰਪਤੀ ਬਣਿਆ, ਪਹਿਲਾਂ ਤਾਂ ਰੂਸਵੈਲਟ ਨੂੰ ਰਾਸ਼ਟਰਪਤੀ ਨਹੀਂ ਸੀ ਬਣ ਦੇਣਾ ਚਾਹੁੰਦੇ, ਉਹਨਾਂ ਨੇ ਜਾਣ ਬੁੱਝ ਕੇ ਉਹਨੂੰ ਉਪ ਰਾਸ਼ਟਰਪਤੀ ਬਣਾਤਾ ਕਿ ਇਹਦਾ ਪੋਲੀਟੀਕਲ ਕੈਰੀਅਰ ਖਤਮ ਕਰੋ। ਉਹ ਕੀ ਹੋਇਆ, ਰਾਸ਼ਟਰਪਤੀ ਮਰ ਗਿਆ, ਰਾਸ਼ਟਰਪਤੀ ਦਾ ਕਿਸੇ ਨੇ ਕਤਲ ਕਰਤਾ, ਰੂਸਵੈਲਟ ਰਾਸ਼ਟਰਪਤੀ ਬਣ ਗਿਆ। ਜਦੋਂ ਰੂਸਵੈਲਟ ਰਾਸ਼ਟਰਪਤੀ ਬਣਿਆ ਤਾਂ ਉਹਨੂੰ ਅਮੀਰਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਮੋਦੀ ਸਾਹਿਬ ਨੂੰ ਅਮੀਰਾਂ ਨੇ ਘੇਰ ਰੱਖਿਆ। ਪਰ ਰੂਸਵੈਲਟ ਨੇ ਕਿਹਾ, I am the President of America। $500 million JP Morgan ਨੇ ਲੋਨ ਦਿੱਤਾ ਹੋਇਆ ਸੀਗਾ ਅਮਰੀਕਨ ਗਵਰਨਮੈਂਟ ਨੂੰ। ਰੂਸਵੈਲਟ ਨੂੰ ਮਿਲਣ ਗਿਆ, JP Morgan ਕਹਿੰਦਾ ਕਿ ਵਟ ਇਜ਼ ਦਾ ਪ੍ਰੋਬਲਮ, ਯੋਰ ਪੀਪਲ ਕੈਨ ਸਿਟ ਐਂਡ ਮਾਈ ਪੀਪਲ ਕੈਨ ਸਿਟ, ਵੀ ਕੈਨ ਸੋਲਵ ਆਊਟ ਦਾ ਪ੍ਰੋਬਲਮ। ਐਂਡ ਦਾ ਰੂਸਵੈਲਟ ਸੈਡ ਟੂ JP Morgan, ਲੁੱਕ, I am the President of America, I will ensure that your trust are broken, and he was the first person to break the monopoly of these trusts in USA, and that is where the economy rose. ਸਾਡੇ ਤਾਂ ਅਸੀਂ ਕੰਸੋਲੀਡੇਟ ਕਰ ਰਹੇ ਹਾਂ, ਜਿਸ ਤਰ੍ਹਾਂ ਖੋਸਲਾ ਸਾਹਿਬ ਨੇ ਕਿਹਾ, ਅਸੀਂ ਤਾਂ ਕਹਿੰਦੇ ਹਾਂ ਸਾਡਾ ਸਭ ਤੋਂ ਇੱਕ ਨੰਬਰ ਦਾ ਅਮੀਰ ਬੰਦਾ ਹੀ ਸਾਡਾ ਹੋਣਾ ਚਾਹੀਦਾ। ਇਹ ਕਿੱਥੇ ਤੁਸੀਂ ਇੱਕ ਨੰਬਰ ਦਾ ਬੰਦਾ ਅਮੀਰ ਪੈਦਾ ਕਰਕੇ ਕੀ ਕਰੋਗੇ ਦੁਨੀਆ 'ਚ? ਅੱਛਾ, ਮੈਂ ਚੰਨੀ ਸਾਹਿਬ ਦੀ ਗੱਲ ਦਾ ਜਵਾਬ ਜ਼ਰੂਰ ਦੇ ਦਿਆਂ, ਪੰਜਾਬ ਸਰਕਾਰ ਦਾ। ਚੰਨੀ ਸਾਹਿਬ, ਜੇ ਤੁਸੀਂ ਵੀ ਸਰਕਾਰ ਦੇ ਬਹੁਤ ਵੱਡੇ ਅਹੁਦਿਆਂ 'ਤੇ ਰਹੇ ਹੋ, ਜੇ NDRMA ਜਿਹੜਾ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ ਆ, ਉਹਨੂੰ ਤੁਸੀਂ ਪੜ੍ਹੋ, ਤਾਂ ਜਦੋਂ ਵੀ ਤੁਸੀਂ ਡਿਜ਼ਾਸਟਰ ਡਿਕਲੇਅਰ ਕਰ ਦਿੰਦੇ ਹੋ ਕਿਸੇ ਵੀ ਚੀਜ਼ ਦਾ, ਚਾਹੇ ਐਪੀਡੈਮੀਆਲੋਜੀ ਡਿਕਲੇਅਰ ਕਰਦੇ ਹੋ, ਚਾਹੇ ਇੱਕ ਹੋਰ ਕਰਦੇ ਹੋ, ਤਾਂ ਸਾਰੀ ਦੀ ਸਾਰੀ ਪਾਵਰ ਜਿਹੜੀ ਆ ਉਹ ਕੇਂਦਰਿਤ ਹੋ ਜਾਂਦੀ ਹੈ ਕੇਂਦਰ ਸਰਕਾਰ ਦੇ ਵਿੱਚ। ਸਟੇਟ ਗੌਰਮੈਂਟ ਦੇ ਕੋਲ ਅੱਜ ਕੋਈ ਪਾਵਰ ਨਹੀਂ ਲੋਕਡਾਊਨ ਖੋਲ੍ਹਣ ਦੀ ਜਾਂ ਲੋਕਡਾਊਨ ਲਾਉਣ ਦੀ, ਇਹ ਸਾਰੀਆਂ ਪਾਵਰਾਂ ਕੇਂਦਰ ਦੇ ਕੋਲ ਨੇ। ਦੂਜੀ ਗੱਲ ਜਿਹੜੀ ਸਰ, ਸਟੇਟ ਗਵਰਨਮੈਂਟ ਕੋਲ ਇਹ ਪਾਵਰ ਤਾਂ ਹੈਗੀ ਨਾ ਸਰ, ਜਿਹੜਾ ਸ਼ਰਾਬ ਮਾਫੀਆ ਜਿਉਂਦਾ ਸਰ, ਜਿਹੜਾ 5600 ਕਰੋੜ ਦਾ ਤੁਹਾਡੇ ਤੇ ਇਲਜ਼ਾਮ ਲੱਗਦਾ ਪਿਆ ਸਰ, ਉਹ ਤਾਂ ਬਚਾ ਲੈਂਦੇ ਨਾ। ਕੇਂਗਰਾ ਸਾਹਿਬ, ਮੈਂ ਆ ਰਿਹਾ ਉੱਥੇ। GST ਜਦੋਂ ਤੁਸੀਂ ਲਾਗੂ ਕੀਤੀ ਸੀ, ਤੁਸੀਂ ਇੱਕ ਸਟੇਟਾਂ ਦੇ ਨਾਲ ਸਮਝੌਤਾ ਕੀਤਾ ਸੀ ਕਿ ਜਿੰਨਾ ਸਟੇਟਾਂ ਦੇ ਵਿੱਚ ਟੈਕਸ ਘੱਟ ਹੋਏਗਾ, ਉਹਨਾਂ ਨੂੰ 5 ਸਾਲ ਅਸੀਂ ਉਸ ਦੀ ਭਰਪਾਈ ਕਰਾਂਗੇ। ਹੁਣ ਕੇਂਦਰ ਮੁਕਰਦਾ ਜਾਂਦਾ, ਜੇ ਤੁਸੀਂ ਕਿਸੇ ਵੀ GST ਲਾਗੂ ਕਰਨ ਦੀ ਜਿਹੜੀ ਸੀਗੀ ਇੱਕ ਸ਼ਰਤ, ਉਸ ਤੋਂ ਮੁਕਰਦੇ ਹੋ, ਤਾਂ GST ਨੂੰ ਵੀ ਖਤਰਾ ਹੋ ਸਕਦਾ ਹੈ। ਯਾਦ ਰੱਖਿਓ, ਸਟੇਟਾਂ ਰਿਵੋਲਟ ਕਰ ਦੇਣਗੀਆਂ GST ਦੇ ਅਗੇਂਸਟ।
ਜੇ ਕੇਂਦਰ ਨੇ ਸਟੇਟਾਂ ਨੂੰ ਬਣਦਾ ਪੈਸਾ ਨਾ ਦਿੱਤਾ ਪੰਜਾਬ ਦੀ ਸੰਘੀ ਕੇਂਦਰ ਸਰਕਾਰ ਇਹ ਤੁਹਾਡਾ ਵੈਲਿਡ ਪੁਆਇੰਟ ਹੈ ਕੇਂਦਰ ਔਰ ਚੰਨੀ ਸਾਹਿਬ ਤੁਸੀਂ ਪੰਜਾਬ ਦੀ ਖਾਤਰ ਲੜੋ ਆਪਦੀ ਪਾਰਟੀ ਨੂੰ ਕਹੋ ਕੇਂਦਰ ਦੇ ਵਿੱਚ ਕਿ ਜੇ ਪੰਜਾਬ 'ਚ ਸਾਨੂੰ ਮੂੰਹ ਦਿਖਾਉਣ ਜੋਗੇ ਛੱਡਣਾ ਤਾਂ GST ਦਾ ਪੈਸਾ ਦਿਓ ਵਰਨਾ ਤੁਹਾਡਾ ਮੂੰਹ ਨਹੀਂ ਦੇਖਣਾ ਕਿਸੇ ਨੇ ਪੰਜਾਬ ਦੇ ਵਿੱਚ ਇਹ ਤਾਂ ਪੂਰੇ ਮੁਲਕ ਦਾ ਸਵਾਲ ਹੈ ਮਿਸਟਰ ਕਿੰਗਰਾ ਇਹ ਪੂਰੇ ਮੁਲਕ ਦਾ ਸਵਾਲ ਹੈ ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ ਸਰ ਬ੍ਰੇਕ ਤੋਂ ਵਾਪਸ ਆ ਕੇ ਇਹ ਸਵਾਲ ਹੋਵੇਗਾ ਜ਼ਰੂਰ GST ਦਾ ਕਿੰਨਾ ਨਫਾ ਨੁਕਸਾਨ ਹੈ ਜਿਹੜਾ ਇਸ GDP 'ਤੇ ਦਿਖਾਈ ਦੇ ਰਿਹਾ ਇੱਕ ਜਿਹੜਾ ਸਵਾਲ ਆਇਆ ਸਰਮਾਏਦਾਰ ਆ ਉਹ ਜਿਹੜੇ ਵੱਡੇ ਹੋ ਰਹੇ ਆ ਸਰਮਾਏਦਾਰਾਂ ਦੇ ਹੱਥ ਕਿਤੇ ਦੇਸ਼ ਗਿਰਵੀ ਤਾਂ ਨਹੀਂ ਰੱਖਿਆ ਜਾ ਰਿਹਾ ਇਹ ਸਵਾਲ ਹੋ ਸਕਦਾ ਹੈ ਬਹੁਤ ਕੌੜਾ ਹੋਵੇ ਪਰ ਇਹ ਸਵਾਲ ਪੁੱਛਣਾ ਲਾਜ਼ਮੀ ਹੈ ਵਾਪਸ ਆ ਕੇ ਪੁੱਛੂੰਗਾ ਜ਼ਰੂਰ ਦੇਸ਼ ਵਿੱਚ ਪਹਿਲੇ ਕੁਆਟਰ ਦੀ ਨੈਗੇਟਿਵ ਵਿਕਾਸ ਦਰ ਦਾ ਅਸਰ ਕੀ ਅਤੇ ਕਦੋਂ ਤੱਕ ਰਹੇਗਾ ਤਕਰੀਬਨ ਇਸ ਸਵਾਲ ਦਾ ਜਵਾਬ ਅਸੀਂ 3 ਸੈਗਮੈਂਟ ਦੇ ਵਿੱਚ ਕੱਢ ਚੁੱਕੇ ਹਾਂ ਕਿੰਗਰਾ ਸਾਹਿਬ ਸਰ ਜਿਹੜਾ ਸਵਾਲ ਤੁਸੀਂ ਖੜਾ ਕਰ ਰਹੇ ਹੋ ਵੈਸੇ ਕਾਰਪੋਰੇਟ ਕਲਚਰ ਨੂੰ ਤੁਸੀਂ ਬੜੀ ਹਵਾ ਦਿੱਤੀ ਸੀ ਤੁਹਾਡੀਆਂ ਸਰਕਾਰਾਂ ਨੇ ਵੀ UPA ਨੇ ਵੀ ਮੇਰਾ ਸਵਾਲ ਹੈ ਸਰ ਸਰਮਾਏਦਾਰਾਂ ਦੇ ਹੱਥ ਦੇਸ਼ ਗਿਰਵੀ ਤਾਂ ਨਹੀਂ ਰੱਖਿਆ ਜਾ ਰਿਹਾ ਦੇਖੋ KP ਇਸ ਤਰ੍ਹਾਂ ਹੁੰਦਾ ਹੈ ਸਰਮਾਏਦਾਰਾਂ ਦੀ ਵੀ ਲੋੜ ਹੁੰਦੀ ਹੈ ਕਿਉਂਕਿ ਉਹ ਦੇਸ਼ ਮੈਂ ਇੱਕ ਵਾਰੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਨਾਲ ਇੱਕ ਮੀਟਿੰਗ ਅਟੈਂਡ ਕਰ ਰਿਹਾ ਸੀਗਾ ਉਹਨਾਂ ਦੇ ਘਰ ਦੇ ਵਿੱਚ ਮੈਂ CMD ਸੀ ਇੱਕ ਪਬਲਿਕ ਸੈਕਟਰ ਦਾ ਤੇ ਉੱਥੇ ਉਸ ਵੇਲੇ ਦੇ ਫਾਈਨਾਂਸ ਮਿਨਿਸਟਰ ਨੇ ਇੱਕ ਸਵਾਲ ਕੀਤਾ ਮੇਰੇ ਕੋਲ ਉਸ ਦਿਨ 350 ਕਰੋੜ ਰੁਪਇਆ ਰਿਜ਼ਰਵ ਪਿਆ ਸੀ ਕਿ ਜਾਂ ਤਾਂ ਤੁਸੀਂ ਰਿਜ਼ਰਵ ਪੈਸਾ ਸਾਨੂੰ ਸਰਕਾਰ ਨੂੰ ਦਿਓ ਜਾਂ ਅਸੀਂ ਤੁਹਾਡੇ ਤੋਂ ਫੋਰਸ ਡਿਵੀਡੈਂਡ ਲੈ ਲਾਂਗੇ ਤੇ ਮੈਂ ਇੱਕ ਗੱਲ ਕਹੀ ਉੱਥੇ ਮੈਂ ਕਿਹਾ ਅੱਜ ਦੇ ਦਿਨ ਦੇ ਵਿੱਚ ਰਿਲਾਇੰਸ ਦੇ ਕੋਲੇ 7000 ਕਰੋੜ ਰੁਪਇਆ ਕੈਸ਼ ਪਿਆ ਹੈਗਾ ਇਹ ਮੈਂ ਆਈ ਸੈਡ ਇਟ ਇਨ ਦੈਟ ਮੀਟਿੰਗ ਤੁਸੀਂ ਰਿਲਾਇੰਸ ਨੂੰ ਕਿਉਂ ਨਹੀਂ ਕਹਿੰਦੇ 7000 ਕਰੋੜ ਰੁਪਇਆ ਜਾਂ ਤਾਂ ਇਨਵੈਸਟ ਕਰੇ ਤੇ ਜਾਂ ਤੁਸੀਂ ਉੱਥੇ ਟੈਕਸੇਸ਼ਨ ਵਧਾ ਦਿਓ ਉਹਦੀ ਬਿਕੋਜ਼ ਇਟਸ ਪ੍ਰੋਫਿਟ ਇਜ਼ ਸੋਰਿੰਗ ਲਾਈਕ ਐਨੀਥਿੰਗ ਆਈ ਸੈਡ ਇਟ ਇਨ ਫਰੰਟ ਆਫ ਦੀ ਦੈਨ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਐਂਡ ਦੇਰ ਵਾਜ਼ ਨੋ ਆਨਸਰ ਵਿਦ ਦੀ ਦੈਨ ਫਾਈਨੈਂਸ ਮਿਨਿਸਟਰ ਯੂ ਚੈੱਕ ਇਟ ਅਪ ਦੋ ਆਮ ਏ ਕਾਂਗਰਸ ਸਪੋਕਸ ਪਰਸਨ ਆਮ ਨਾਟ ਕ੍ਰਿਟੀਸਾਈਜ਼ਿੰਗ ਇਹ ਸਰਮਾਏਦਾਰ ਜਿਹੜੇ ਨੇ ਇਹਨਾਂ ਦਾ ਕਿਸੇ ਦਾ ਰਾਜ ਭਾਗ ਆ ਜੇ ਇਹ ਸਰਮਾਏਦਾਰ ਉਸ ਰਾਜ ਭਾਗ ਨੂੰ ਘੇਰ ਲੈਂਦੇ ਨੇ ਪਰ ਸਰਮਾਏਦਾਰ ਅਨਚੈਕਡ ਨਹੀਂ ਜਾਣੇ ਚਾਹੀਦੇ ਇੱਕ ਹੱਦ ਤੋਂ ਉੱਪਰ ਜਾ ਕੇ ਸਰਮਾਏਦਾਰੀ ਦੇ ਉੱਤੇ ਲਿਮਿਟ ਲੱਗਣੀ ਚਾਹੀਦੀ ਹੈ ਚਲੋ ਕਿੰਗਰਾ ਸਾਹਿਬ ਤੋੜਨੇ ਪੈਣਗੇ ਤੁਸੀਂ ਗੱਲ ਬੜੀ ਵਜਨਦਾਰ ਕਹੀ ਹੈ ਇੱਕ ਸਵਾਲ ਦਾ ਹੋਰ ਜਵਾਬ ਦੇ ਦਿਓ ਸਰ ਸਰ ਸਰਮਾਏਦਾਰ ਸਰਕਾਰ ਚਲਾਉਂਦੇ ਆ ਦੇਖੋ ਸਰਮਾਏਦਾਰ ਜਿਹੜੇ ਨੇ ਉਹ ਬਹੁਤ ਕੁਝ ਚਲਾਉਂਦੇ ਨੇ ਸਰਮਾਏਦਾਰ ਇਕਨੋਮੀ ਵੀ ਚਲਾਉਂਦੇ ਨੇ ਪਰ ਸਰਮਾਏਦਾਰ ਜੇ ਸਰਕਾਰ ਚਲਾਉਣ ਲੱਗ ਜਾਣ ਜੇ ਸਰਕਾਰ ਸਰਮਾਏਦਾਰਾਂ ਨੂੰ ਚਲਾਵੇ ਤਾਂ ਚੰਗੀ ਗੱਲ ਹੈ ਜਦੋਂ ਸਰਮਾਏਦਾਰ ਸਰਕਾਰ ਚਲਾਉਣ ਲੱਗ ਜਾਣ ਤਾਂ ਦੇਸ਼ ਵਿੱਚ ਖਤਰੇ ਦੀਆਂ ਘੰਟੀਆਂ ਵੱਜ ਜਾਣੀਆਂ ਚਾਹੀਦੀਆਂ ਇਕਨੋਮਿਸਟ ਖੋਸਲਾ ਸਾਹਿਬ ਉਹਨਾਂ ਨੂੰ ਰੌਲਾ ਪਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਕਿ ਇਸ ਵੇਲੇ ਜਿਹੜੀ ਸਰਕਾਰ ਹੈ ਉਹ ਸਰਮਾਏਦਾਰ ਚਲਾ ਰਹੇ ਆ ਬੈਕ ਡੋਰ ਦੇ ਉੱਤੇ ਬੈਠ ਕੇ ਪਿਛਲੇ ਪਾਸੇ ਦੀ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਹਿਸਟਰੀ ਪੜ੍ਹੋ ਅਮਰੀਕਾ ਦੀ ਕਿਸ ਤਰ੍ਹਾਂ ਸਰਮਾਏਦਾਰਾਂ ਨੂੰ ਕੰਟਰੋਲ ਕੀਤਾ ਉਹਨਾਂ ਨੇ ਵੱਡੇ ਵੱਡੇ ਸਰਮਾਏਦਾਰਾਂ ਨੂੰ ਠੀਕ ਹੈ 10 ਗੁਣਾ ਵੱਡੇ ਸਰਮਾਏਦਾਰ ਠੀਕ ਹੈ ਜੀ ਖੋਸਲਾ ਸਾਹਿਬ ਸਰ GST ਡੀਮੋਨਟਾਈਜੇਸ਼ਨ ਇਹਦਾ ਅਸਰ ਅੱਜ ਦਿਖਾਈ ਦੇ ਰਿਹਾ ਨਹੀਂ 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 ਜੀ ਇਹ ਸ਼ੁਰੂਆਤ ਹੋ ਗਈ ਸੀ ਤੁਸੀਂ ਆਪਣੇ ਤੁਸੀਂ ਜਿਹੜੇ ਅੰਕੜੇ ਬੋਲੇ ਨੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ 2016 ਤੋਂ ਬਾਅਦ ਦੀ ਗਰੋਥ ਰੇਟ ਦੇਖੋ ਲਗਾਤਾਰ ਗਰੋਥ ਰੇਟ ਇੱਕ ਦਿਨ 'ਚ ਨਹੀਂ ਗਿਰ ਗਈ 8% ਦੀ ਗਰੋਥ ਰੇਟ ਜਿਹੜੀ ਸੀ ਉਹ ਇੱਕ ਦਿਨ 'ਚ ਨੈਗੇਟਿਵ ਨਹੀਂ ਹੋ ਗਈ ਹੈ ਇਹ 3 ਸਾਲ ਜਿਹੜੇ ਹੈ ਲਗਾਤਾਰ ਜਿਹੜੇ ਮੈਂ ਦੱਸਿਆ ਵੀ ਐਕਟਸ ਆਫ ਫਰਾਡ ਨੇ ਇਹ ਪਹਿਲਾਂ ਡੀਮੋਨਟਾਈਜੇਸ਼ਨ ਫਿਰ GST ਫਿਰ ਲੋਕਡਾਊਨ ਇਹ ਕੰਟੀਨਿਊਸਲੀ ਲੀਗ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਆਈਆਂ ਇਹਨਾਂ ਸਾਰਿਆਂ ਦਾ ਇੰਪੈਕਟ ਹੋਇਆ ਇੱਕ ਦਿਨ ਦੇ ਵਿੱਚ GDP ਨਹੀਂ ਗਿਰਦੀ ਹਿੰਦੁਸਤਾਨ ਦੀ GDP ਬਹੁਤ ਵੱਡੀ ਅਰਥਵਿਵਸਥਾ ਹੈ ਚੰਨੀ ਸਾਹਿਬ ਹਿੰਦੁਸਤਾਨ ਦੀ ਕਹਿ ਰਹੇ ਆ ਭਾਰਤ ਦੀ ਬਹੁਤ ਵੱਡੀ ਅਰਥਵਿਵਸਥਾ ਹੈਗੀ ਹੈ ਇੱਕ ਦਿਨ ਵਿੱਚ ਨਹੀਂ ਡਿੱਗਦੀ ਸਰ ਅਸੀਂ ਇਹ ਐਡਮਿਟ ਕਿਉਂ ਨਹੀਂ ਕਰਦੇ ਪਏ ਕਰੋਨਾ ਦਾ ਸੰਕਟ ਨਹੀਂ ਹੈਗਾ ਸਰ ਸਾਡੀ ਨੀਤੀਆਂ ਦਾ ਸੰਕਟ ਹੈ ਜੇ ਅਸੀਂ ਕਰੋਨਾ ਦਾ ਸੰਕਟ ਹੀ ਨਹੀਂ ਮੰਨਦਾ ਤਾਂ ਫਿਰ ਤਾਂ ਮੈਂ ਫਿਰ ਤਾਂ ਕੋਈ ਗੱਲ ਬੰਦਾ ਕਰ ਹੀ ਨਹੀਂ ਸਕਦਾ ਤੇ ਨਾ ਹੀ ਇਦੋਂ ਕੋਈ ਗੱਲ ਜਸਟੀਫਾਈਡ ਹੋ ਸਕਦੀ ਹੈ ਜੇ ਅਸੀਂ ਕਰੋਨਾ ਦੀ ਗੱਲ ਹੀ ਨਹੀਂ ਕਰਦੇ ਨਹੀਂ ਨਹੀਂ ਚੰਨੀ ਸਾਹਿਬ ਸਰ ਸਵਾਲ ਸੁਣ ਲਓ ਸਰ ਚੰਨੀ ਸਾਹਿਬ ਆਪਾਂ ਕਰੋਨਾ ਦਾ ਸੰਕਟ ਮੰਨ ਕੇ ਚੱਲਦੇ ਹਾਂ ਮੈਂ ਨਹੀਂ ਕਹਿ ਰਿਹਾ ਕਰੋਨਾ ਸੰਕਟ ਨਾ ਮੰਨੀਏ ਪਰ ਅਸੀਂ ਸਾਰਾ ਕੁਝ ਸਰ ਕਰੋਨਾ ਤੇ ਕਿਉਂ ਸਿੱਟ ਰਹੇ ਹਾਂ ਅਸੀਂ ਇਹ ਕਿਉਂ ਨਹੀਂ ਮੰਨਦੇ ਪਏ ਸਾਡੀ ਨੀਤੀਆਂ ਦਾ ਵਾਇਰਸ ਹੈ ਇਹ ਹੌਸਲਾ ਸਾਹਿਬ ਨੇ ਕਿਹਾ ਨਾ ਕਿ ਕਰੋਨਾ ਦਾ ਵੀ ਬਹਾਨਾ ਹੈਗਾ ਲੋਕਡਾਊਨ ਦਾ ਵੀ ਬਹਾਨਾ ਹੈਗਾ ਕਿਰਾ ਸਾਹਿਬ ਨੇ ਵੀ ਕਿਹਾ ਵੀ ਸਰਮਾਏਦਾਰੀ ਦੀ ਗੱਲ ਚੱਲ ਰਹੀ ਹੈਗੀ ਹੈ ਪਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਦੇਖੋ ਅਮਰੀਕਾ ਆਪਣੀ ਥਾਂ ਤੇ ਹੈ ਉਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਕੈਪੈਸਿਟੀ ਆਪਣੀ ਥਾਂ ਤੇ ਉਹਨਾਂ ਦੀ ਫੰਡ ਸਪਲਾਈ ਆਪਣੀ ਥਾਂ ਤੇ ਹੈ ਅਸੀਂ ਅਮਰੀਕਾ ਨਾਲ ਨਹੀਂ ਕਰ ਸਕਦੇ ਕਿ ਸਾਡੀ ਡਿਮਾਂਡ ਡਰਿਵਨ ਇਕਨੋਮੀ ਹੈ ਔਰ ਉਹ ਇਕਨੋਮੀ ਮੈਂ ਵਾਰ ਵਾਰ ਕਹਿੰਦਾ ਉਹ ਸੈੱਟ ਹੋ ਜਾਏਗੀ ਦੂਸਰੀ ਗੱਲ ਜਿਹੜੀ ਹੈਗੀ ਹੈ ਅਸੀਂ ਜਿਹੜੀ ਸਰਮਾਏਦਾਰੀ ਹੈਗੀ ਹੈ ਪਿਛਲੇ 70 ਸਾਲਾਂ ਚ ਸਰਮਾਏਦਾਰੀ ਲੈ ਕੇ ਕੌਣ ਆਇਆ ਔਰ ਜੋ ਅੰਬਾਨੀ ਦੇ ਵੱਡੇ ਅੰਬਾਨੀ ਦੇ ਸੰਬੰਧ ਸੀਗੇ ਕਾਂਗਰਸ ਰਜੀਮ ਦੇ ਪ੍ਰਾਈਮ ਮਿਨਿਸਟਰ ਤੱਕ ਸਾਰਿਆਂ ਦੇ ਸੀਗੇ ਤੇ ਉਹਨਾਂ ਨੂੰ ਲੈ ਕੇ ਕੌਣ ਆਇਆ
ਇਹ ਤਾਂ ਹੁਣ ਇੱਕ ਅਜਿਹੀ ਸਰਕਾਰ ਆਈ ਹੈ ਜਿਹੜੀ ਬਹੁਤ ਟੋਟਲੀ ਟ੍ਰਾਂਸਪੇਰੈਂਟ ਹੈ, ਕਿਸੇ ਨਾਲ ਕੋਈ ਸਾਂਝ ਨਹੀਂ, ਕੋਈ ਸਾਂਝਗਿਰੀ ਨਹੀਂ ਹੈਗੀ। ਔਰ ਇਹਨਾਂ ਤੁਸੀਂ ਰਿਲਾਇੰਸ ਵਾਲਿਆਂ ਦੀ ਜੇ ਗੱਲ ਕਰਨੀ ਹੈ, ਜਿੱਦਾਂ ਇਸ਼ਾਰਾ ਆ ਰਿਹਾ ਸੀਗਾ, ਤੁਸੀਂ ਉਹਨਾਂ ਦੇ ਪੰਪ ਦੇਖ ਲਓ, ਪੰਪ ਸਾਰੇ ਲੋਕਡਾਊਨ ਪਏ ਰਹੇ, ਹੁਣ ਤੱਕ ਪਏ ਨੇ। ਔਰ ਉਹਨਾਂ ਨੂੰ ਇੱਕ ਰੁਪਇਆ, ਕਿਉਂਕਿ ਦੂਸਰੇ ਪਾਸੇ ਸਬਸਿਡੀ ਮਿਲਦੀ ਸੀ ਪੈਟਰੋਲ ਤੇ, ਉਹਨਾਂ ਨੂੰ ਨਹੀਂ ਸਬਸਿਡੀ ਦਿੱਤੀ। ਸੋ ਇਦੋਂ ਟ੍ਰਾਂਸਪੇਰੈਂਟ ਸਰਕਾਰ ਨਹੀਂ ਮਿਲ ਸਕਦੀ, ਇਦੋਂ ਅਕਾਊਂਟੇਬਲ ਔਰ ਪਾਪੂਲਰ ਸਰਕਾਰ ਨਹੀਂ ਮਿਲ ਸਕਦੀ। ਔਰ ਦੇਸ਼ ਨੂੰ ਕਿਤੇ ਨਹੀਂ ਜਾਣ ਦਿੰਦੇ, ਤੁਸੀਂ ਭਰੋਸਾ ਰੱਖੋ, ਥੋੜਾ ਹੋਲਡ ਆਊਟ ਕਰੋ ਔਰ ਅਰਦਾਸ ਕਰੋ ਕਿ ਅਸੀਂ ਇਹਦੇ ਸੰਕਟ ਦੇ ਵਿੱਚੋਂ ਨਿਕਲੀਏ ਔਰ ਅਸੀਂ ਆਪਣੀਆਂ ਲੀਹਾਂ ਤੇ ਆਈਏ। ਤੇ ਸਰ ਅਰਦਾਸ ਕਰੀਏ ਕਿ ਸਰਕਾਰ ਨੂੰ ਪੁੱਛੀਏ, ਚੰਨੀ ਸਾਹਿਬ ਸਰ ਮੈਂ ਤਾਂ ਸੁਣਿਆ ਸੀਗਾ ਵੀ ਰੱਬ ਉਹਨਾਂ ਦੀ ਮਦਦ ਕਰ, ਜਿਹੜੇ ਖੁਦ ਹਿੰਮਤ ਕਰਦੇ ਆ ਸਰ, ਹਿੰਮਤ ਮਰਦਾ ਮਦਦ ਖੁਦਾ, ਮੈਂ ਤਾਂ ਇਹ ਸੁਣਿਆ ਸੀ ਚੰਨੀ ਸਾਹਿਬ। ਜਵਾਬ ਦੇ ਦੋ ਜੀ, ਪੀਐਮ ਕੇਅਰਸ ਦੀ ਕਿੰਨੀ ਕੁ ਟ੍ਰਾਂਸਪੇਰੈਂਸੀ ਹੈ ਔਰ ਉਹਦੀ ਕੀ ਰਿਕੁਆਇਰਮੈਂਟ ਸੀਗੀ? ਉਹਦਾ ਟਰੱਸਟ ਬਣਿਆ ਹੋਇਆ ਹੈ, ਪੂਰਾ ਅਕਾਊਂਟੇਬਲ ਹੈ, ਉਹਦੇ ਵਿੱਚ ਹੋਰ ਸੁਪਰੀਮ ਕੋਰਟ ਤੱਕ ਉਹਨਾਂ ਨੇ ਕਹਿਤਾ ਵੀ ਠੀਕ ਹੈ, ਕੋਈ ਪ੍ਰੋਬਲਮ ਨਹੀਂ ਹੈ। RTI ਤੱਕ ਮਨਾ ਹੋ ਗਈ ਹੈ ਸਰ, RTI ਦੇ ਵਿੱਚ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲਣੀ, ਕਿਸੇ ਤਰੀਕੇ ਦੀ ਇਨਫੋਰਮੇਸ਼ਨ ਨਹੀਂ ਮਿਲਣੀ, ਕਿਸੇ ਤਰੀਕੇ ਦੀ ਉਹਦੀ ਟ੍ਰਾਂਸਪੇਰੈਂਸੀ ਨਹੀਂ ਹੈ। ਆਪਣੇ ਬੰਦੇ ਲਾ ਕੇ ਉਹਨੂੰ CAG ਦੇ ਵਿੱਚ ਉਹ ਨਹੀਂ ਆ ਰਹੀ, ਕਾਹਦੀ ਅਕਾਊਂਟੇਬਿਲਟੀ ਰਹਿ ਗਈ ਹੈ ਸਰ ਉਹਦੇ ਵਿੱਚ, ਨੰਬਰ 1 ਦੇਖੋ। ਹਾਂਜੀ, ਇਸ ਤੋਂ ਜ਼ਿਆਦਾ ਓਨੈਸਟ ਔਰ ਟ੍ਰਾਂਸਪੇਰੈਂਟ ਸਿਸਟਮ ਔਰ ਸਰਕਾਰ ਨਹੀਂ ਮਿਲ ਸਕਦੀ। ਠੀਕ ਠੀਕ ਹੈ ਸਰ, ਚੰਨੀ ਸਾਹਿਬ ਤੁਹਾਡਾ ਆਰਗੂਮੈਂਟ ਹੈ। ਖੋਸਰ ਸਾਹਿਬ, ਆਪਾਂ ਇਹਨਾਂ ਆਰਗੂਮੈਂਟ 'ਚ ਨਾ ਪਈਏ ਖੋਸਰ ਸਾਹਿਬ, ਆਪਾਂ ਪੁਆਇੰਟ ਤੇ ਆ ਜਾਈਏ, ਕਨਕਲੂਡ ਕਰੋ ਸਰ ਡਿਬੇਟ। ਖੋਸਲਾ ਜੀ, ਸਰ ਸਰਕਾਰ ਨੇ ਹਜੇ ਤੱਕ ਦੇ ਜਿਹੜੇ ਜਿੰਨੇ ਕਦਮ ਚੱਕੇ ਨੇ ਉਹ ਸਪਲਾਈ ਸਾਈਡ ਤੋਂ ਚੱਕੇ ਆ, ਭਾਵੇਂ 1,45,000 ਕਰੋੜ ਰੁਪਈਆ ਕੰਪਨੀਆਂ ਨੂੰ ਦੇਣਾ ਹੋਵੇ, 70,000 ਕਰੋੜ ਰੁਪਈਆ ਬੈਂਕਾਂ ਦੇ ਵਿੱਚ ਇਨਫਿਊਜ਼ਨ ਕਰਨੀ ਹੋਵੇ ਤਾਂ ਕਿ ਨੋਨ ਪਰਫਾਰਮਿੰਗ ਐਸੈਟਸ ਨੂੰ ਘਟਾਇਆ ਜਾ ਸਕੇ, ਜਾਂ ਬੈਂਕਾਂ ਦਾ ਮਰਜਰ ਕਰਨਾ ਹੋਵੇ ਇਸੇ ਦੇ ਲਈ, ਜਾਂ ਫਿਰ ਰੇਟ ਆਫ ਇੰਟਰਸਟ ਨੂੰ ਘਟਾਉਣਾ ਹੋਵੇ, ਵਿਆਜ ਨੂੰ ਘਟਾਉਣਾ ਹੋਵੇ, ਇਹ ਸਾਰੇ ਕਦਮ ਜਿਹੜੇ ਆ ਸਪਲਾਈ ਸਾਈਡ ਤੋਂ ਚੱਕੇ ਗਏ ਆ, ਜਿਨ੍ਹਾਂ ਦਾ ਆਮ ਜਨਤਾ ਦੇ ਉੱਤੇ ਅਸਰ ਜਿਹੜਾ ਪਏਗਾ ਆਉਣ ਵਾਲੇ ਟਾਈਮ 'ਚ ਪਏਗਾ। ਖੋਸਲਾ ਸਾਹਿਬ ਲਾਸਟ ਕਮੈਂਟ ਤੁਹਾਡਾ ਚਾਹੀਦਾ ਸਰ। ਬੈਂਕਾਂ 'ਚ ਜਿੰਨਾ ਪੈਸਾ ਪਿਆ, ਜਿਨ੍ਹਾਂ ਦੇ ਮਿਊਚੁਅਲ ਫੰਡ 'ਚ, ਸ਼ੇਅਰ ਮਾਰਕੀਟ 'ਚ ਕਿਤੇ ਪੈਸਾ ਲਾਇਆ, ਉਹ ਸੁਰੱਖਿਅਤ ਹੈ ਜਾਂ ਨਹੀਂ? ਮਗਰ ਲੱਗੀ ਹੋਈ ਹੈ ਕ੍ਰਿਪਟੋ ਕਰੰਸੀ ਕਿਸੇ ਤਰੀਕੇ ਨਾਲ ਆਵੇ, ਹਜੇ ਤੱਕ ਤਾਂ ਬੈਂਕ ਜਿਹੜੇ ਸੀ ਉਹ ਪ੍ਰਾਈਵੇਟਾਈਜ਼ ਦੇਖੇ ਆ, ਹੌਲੀ ਹੌਲੀ ਅਸੀਂ ਦੇਖਾਂਗੇ ਕਰੰਸੀ ਵੀ ਪ੍ਰਾਈਵੇਟਾਈਜ਼ ਹੋ ਰਹੀ ਹੈ। ਅੰਬਾਨੀ ਸਾਹਿਬ ਦੀ ਕਰੰਸੀ ਚੱਲ ਰਹੀ ਹੈ ਜਾਂ ਅਦਾਨੀ ਦੀ ਕਰੰਸੀ ਚੱਲ ਰਹੀ ਹੈ ਹਿੰਦੁਸਤਾਨ ਦੇ ਵਿੱਚ? ਚਲੋ, ਤੁਸੀਂ ਆਪਣੇ ਸਟੈਂਡ ਤੇ ਕਾਇਮ ਰਹੀਓ ਖੋਸਲਾ ਸਾਹਿਬ, ਮੈਂ ਫਿਰ ਸਵਾਲ ਕਰੂੰਗਾ ਤੁਹਾਨੂੰ ਵਾਲਾ। ਠੀਕ, ਬਹੁਤ ਬਹੁਤ ਧੰਨਵਾਦ ਖੋਸਲਾ ਜੀ। ਕਿੰਗਰਾ ਸਾਹਿਬ, ਇੱਕ ਵਕਤ ਨਹੀਂ ਹੈਗਾ ਮਾਫ਼ ਕਰਨਾ, ਬਹੁਤ ਧੰਨਵਾਦ ਤੁਹਾਡਾ ਚੰਨੀ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਮੁੱਦੇ ਮੂੰਹ ਡਿੱਗੀ GDP, ਅਸੀਂ ਸਵਾਲ ਇੱਕੋ ਕੀਤਾ ਸੀਗਾ ਕਿ ਮੂੰਹ ਦਿਖਾਏਗੀ ਮੋਦੀ ਸਰਕਾਰ। GDP, ਕਰੋਨਾ ਅਤੇ ਗੌੜ ਦੀ ਜਦੋਂ ਗੱਲ ਹੋਵੇ ਤਾਂ ਉਦੋਂ ਐਕਟ ਆਫ ਫਰੋਡ ਦੀ ਗੱਲ ਜਦੋਂ ਇਸ ਡਿਬੇਟ ਵਿੱਚ ਆ ਜਾਵੇ, ਇਸ ਨੂੰ ਪ੍ਰਭਾਸ਼ਿਤ ਕਿਵੇਂ ਕੀਤਾ ਜਾਵੇਗਾ? ਸਵਾਲ ਬੜਾ ਮਹੱਤਵਪੂਰਨ ਹੈਗਾ, ਪਰ ਸਾਡੇ ਸਾਹਮਣੇ ਸਵਾਲ ਹੈਗਾ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਇਹਨਾਂ ਸਭ ਚੀਜ਼ਾਂ ਨਾਲ ਅਸੀਂ ਲੜਦੇ ਪਏ ਹਾਂ, ਉਸ ਦੇ ਬਾਵਜੂਦ ਸਾਨੂੰ GDP ਦਾ ਮਤਲਬ ਨਹੀਂ ਸਮਝਾਇਆ ਜਾ ਰਿਹਾ, ਨਹੀਂ ਸਾਨੂੰ ਦੱਸਿਆ ਜਾ ਰਿਹਾ ਕਿ ਅਸੀਂ 100 ਰੁਪਏ ਦਾ ਸਮਾਨ ਆ ਜਿਹੜਾ ਉਹ 76 ਰੁਪਏ ਤੱਕ ਕਿਉਂ ਆ ਗਏ, ਕਿਉਂ ਸਾਨੂੰ ਨੁਕਸਾਨ ਹੋ ਰਿਹਾ, ਨਹੀਂ ਦੱਸਿਆ ਜਾ ਰਿਹਾ ਸਾਨੂੰ। ਸਾਨੂੰ ਇਹ ਨਹੀਂ ਸਮਝਾਇਆ ਜਾ ਰਿਹਾ ਕਿ ਸਾਡੀ ਇੰਨੀ ਵੱਡੀ ਪਾਪੂਲੇਸ਼ਨ ਹੋਣ ਦੇ ਬਾਵਜੂਦ ਡਿਮਾਂਡ ਅਤੇ ਸਪਲਾਈ ਦੇ ਵਿਚਾਲੇ ਫਰਕ ਕਿਹੜਾ ਹੈਗਾ, ਸਾਨੂੰ ਕਿਉਂ ਨਹੀਂ ਦੱਸਿਆ ਜਾ ਰਿਹਾ? ਸਾਨੂੰ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਪ੍ਰੋਡਕਸ਼ਨ ਅਸੀਂ ਵਧਾ ਦੇਵਾਂਗੇ, ਮਜ਼ਦੂਰਾਂ ਦੀਆਂ ਨੌਕਰੀਆਂ ਖਾ ਲਵਾਂਗੇ ਅਤੇ 8 ਘੰਟੇ ਦੀ ਲੇਬਰ ਨੂੰ 12 ਘੰਟੇ ਅਸੀਂ ਨੌਕਰੀਆਂ 'ਤੇ ਲਾਵਾਂਗੇ, ਉਹਨਾਂ ਨੂੰ ਅਸੀਂ ਇਹ ਨਹੀਂ ਦੱਸਾਂਗੇ ਤੁਹਾਨੂੰ ਕਿੰਨਾ ਫਾਇਦਾ ਹੋ ਰਿਹਾ ਅਤੇ ਸਾਨੂੰ ਕਿੰਨਾ ਫਾਇਦਾ ਹੋ ਰਿਹਾ? ਜੋ ਸਾਨੂੰ ਇਹ ਨਹੀਂ ਸਮਝਾਇਆ ਜਾਵੇਗਾ ਕਿ ਕਿੰਨਾ ਸਟਾਕ ਰੱਖਿਆ ਜਾ ਰਿਹਾ, ਉਹਦੀ ਕਾਲਾਬਜ਼ਾਰੀ ਕਦੋਂ ਕੀਤੀ ਜਾਵੇਗੀ, ਜੋ ਸਾਨੂੰ ਇਹ ਨਹੀਂ ਸਮਝਾਇਆ ਜਾਵੇਗਾ, ਉਦੋਂ ਸਾਨੂੰ ਇਹ ਸਮਝ ਨਹੀਂ ਆਵੇਗਾ ਕਿ GDP ਦਾ ਮਤਲਬ ਕੀ ਹੁੰਦਾ। ਛੋਟੇ ਸ਼ਬਦਾਂ ਵਿੱਚ ਇੰਨੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਦੋਂ GDP ਡਿੱਗਦੀ ਹੈ, ਇਹਦਾ ਮਤਲਬ ਤੁਹਾਡਾ ਸਾਡਾ ਵਿਕਾਸ ਡਿੱਗਦਾ। ਜਦੋਂ ਵਿਕਾਸ ਦੀ ਗੱਲ ਹੁੰਦੀ ਹੈ, ਡਿਵੈਲਪਮੈਂਟ ਦੀ ਗੱਲ ਹੁੰਦੀ ਹੈ, ਉਸ ਮਾਡਲ ਦਾ ਜਿਹੜਾ ਸਿਰਨਾਮਾ ਹੁੰਦਾ ਉਹ ਮੂਹਦੇ ਮੂੰਹ ਡਿੱਗਦਾ। ਇਹ ਇੰਨਾ ਕੁ ਸ਼ਬਦਾਂ ਵਿੱਚ ਮੈਂ ਇਸ ਗੱਲ ਨੂੰ ਖਤਮ ਕਰੂੰਗਾ। GDP ਜੇ ਇਸ ਤਰ੍ਹਾਂ ਹੀ ਡਿੱਗਦੀ ਰਹੀ, ਤੁਹਾਨੂੰ ਸਾਨੂੰ ਨੌਕਰੀਆਂ ਨਹੀਂ ਮਿਲਣਗੀਆਂ,
ਅਸੀਂ ਹੋਰ ਬੇਰੁਜ਼ਗਾਰ ਹੋ ਜਾਵਾਂਗੇ। ਜਿਹੜੇ ਸਾਡੇ ਇਹ ਸਾਰੇ ਪਬਲਿਕ ਸੈਕਟਰ ਹੈਗੇ ਆ, ਗੌਰਮੈਂਟ ਸੈਕਟਰ ਹੈਗੇ ਆ, ਉਹਨਾਂ ਵਿੱਚ ਨੌਕਰੀਆਂ ਨਹੀਂ ਨਿਕਲਣਗੀਆਂ। ਜਿਹੜੇ ਨੌਕਰੀਆਂ ਕਰ ਰਹੇ ਆ ਉਹਨਾਂ ਦੀਆਂ ਤਨਖਾਹਾਂ ਕੱਟੀਆਂ ਜਾ ਸਕਦੀਆਂ ਅਤੇ ਤੁਹਾਡੇ ਹੋਰ ਕੱਟ ਵੀ ਲਾਏ ਜਾ ਸਕਦੇ ਆ। ਇਸ ਚੀਜ਼ ਦਾ ਖਿਆਲ ਰੱਖਿਓ। ਜੇ ਬਾਕੀ ਮੁਲਕਾਂ ਨਾਲ ਤੁਲਨਾ ਕਰਨੀ ਹੈਗੀ ਆ, ਫਿਰ ਚੀਨ ਨਾਲ ਅਸੀਂ ਤੁਲਨਾ ਜੇ ਕਰਨੀ ਆ ਤਾਂ ਇੱਥੇ ਆ ਕੇ ਜ਼ਰੂਰ ਕਰ ਸਕਦੇ ਹਾਂ, ਪਰ ਅਸੀਂ ਤੁਲਨਾ ਤਾਂ ਕਿਤੇ ਹੋਰ ਜਾ ਕੇ ਕਰਦੇ ਹਾਂ। ਜਦੋਂ ਸਾਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਸਮਝਾਈਆਂ ਜਾਣਗੀਆਂ, ਉਦੋਂ ਸਾਡਾ ਭਾਈਚਾਰਾ, ਮੀਡੀਆ ਭਾਈਚਾਰਾ ਜਿਹੜਾ, ਉਹ ਵੀ ਸਾਨੂੰ ਨਹੀਂ ਦੱਸੇਗਾ ਕਿ ਕੀ ਮੂੰਹ ਦਿਖਾਏਗੀ ਮੋਦੀ ਸਰਕਾਰ। ਪਰ ਅਸੀਂ ਸਵਾਲ ਪੁੱਛਦੇ ਰਹਾਂਗੇ ਵਾਰ ਵਾਰ। ਬਹੁਤ ਧੰਨਵਾਦ।